ਦੇਖ ਰਹੇ ਹੋ ਜਸ ਟੀਵੀ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਦਾ ਐਲਾਨ ਹੋਇਆ ਤਾਂ ਇਸ ਦੀ ਸਿਆਸਤ ਦੀ ਗੂੰਜ ਆ ਜਿਹੜੀ ਉਹ ਦਿੱਲੀ ਤੱਕ ਪਹੁੰਚ ਗਈ ਹੈ। ਇਹ ਸਾਰੀ ਸਿਆਸਤ ਹੈ ਜਿਹੜੀ ਉਹ ਆਪ ਮੁਹਾਰੇ ਤੁਰਨਾ ਸ਼ੁਰੂ ਕਰ ਗਈ ਹੈ, ਬਿਆਨ ਦੇਣੇ ਸ਼ੁਰੂ ਕਰਤੇ ਹੈ, ਕੋਈ ਸਿਵਲ ਹਸਪਤਾਲ ਪਹੁੰਚ ਗਏ ਹੈਗੇ, ਡੋਪ ਟੈਸਟ ਉਹਨਾਂ ਨੇ ਕਰਵਾ ਦਿੱਤੇ ਹੈਗੇ। ਇਹ ਸਭ ਦੇ ਵਿਚਾਲੇ ਬਿਆਨਬਾਜ਼ੀ ਹੈ ਜਿਹੜੀ ਹੋਰ ਤੇਜ਼ ਹੁੰਦੀ ਜਾ ਰਹੀ ਹੈ ਕਿ ਕਈਆਂ ਤੋਂ ਸਵਾਲ ਕੀਤੇ ਜਾ ਰਿਹਾ ਤੁਸੀਂ ਡੋਪ ਟੈਸਟ ਕਰਵਾਓਗੇ, ਉਹ ਕਹਿੰਦੇ ਹਾਂ ਮੈਂ ਕਰਵਾਊਂਗਾ। ਜਿਸ ਨੂੰ ਸਵਾਲ ਕਰੋ ਉਹ ਕਹਿੰਦੇ ਸਾਰੇ ਵਿਧਾਇਕਾਂ ਦਾ ਹੋਣਾ ਚਾਹੀਦਾ, ਸਾਰੇ ਮੰਤਰੀਆਂ ਦਾ ਹੋਣਾ ਚਾਹੀਦਾ। ਅਤੇ ਇਸ ਸਭ ਦੇ ਵਿਚਾਲੇ ਇਹ ਦਿੱਲੀ ਤੱਕ ਜਿਹੜੀ ਸਿਆਸਤ ਪਹੁੰਚੀ ਹੈ ਅਤੇ ਉਸ 'ਤੇ ਸਵਾਲ ਪੁੱਛਣੇ ਸ਼ੁਰੂ ਹੋ ਗਏ ਹੈ। ਅਸੀਂ ਸਵਾਲ ਇੱਕੋ ਹੀ ਪੁੱਛਾਂਗੇ, ਕਿਹੜੇ ਨੇਤਾ ਜੀ ਨਸ਼ੇੜੀ ਨੇ? ਡੋਪ ਦਾ ਸਿਆਸੀ ਟੈਸਟ ਅਤੇ ਅੱਜ ਬਹਿਸ ਇਸ ਲਈ ਕਰ ਰਹੇ ਹਾਂ ਕਿਉਂਕਿ ਬਿਆਨਬਾਜ਼ੀਆਂ ਤੇਜ਼ ਹੋ ਰਹੀਆਂ। ਡੋਪ ਟੈਸਟ ਦੇ ਮੁੱਦੇ 'ਤੇ ਅਕਾਲੀ ਭਾਜਪਾ ਨੇ ਘੇਰੇ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਸੁਬਰਮਨੀਅਨ ਸਵਾਮੀ ਵੀ ਵਰੇ ਨੇ। ਸੁਬਰਮਨੀਅਨ ਸਵਾਮੀ ਨੇ ਕਿਹਾ ਕਿ ਰਾਹੁਲ ਗਾਂਧੀ ਕਰਦੇ ਨੇ ਕੋਕਿਨ ਦਾ ਸੇਵਨ, ਡੋਪ ਟੈਸਟ ਹੋ ਜਾਣਗੇ ਫੇਲ, ਇਹ ਸਵਾਮੀ ਨੇ ਕਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁਦ ਦੇ ਡੋਪ ਟੈਸਟ ਲਈ ਹਾਮੀ ਭਰੀ ਹੈ। ਪੁਲਿਸ ਨੇ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਦੇ ਐਲਾਨ ਤੋਂ ਬਾਅਦ ਇਹ ਸਿਆਸਤ ਹੈ ਉਹ ਪੱਕੀ ਹੈ। ਦਿੱਲੀ ਦੀ ਸਿਆਸਤ ਕਹਿੰਦੀ ਕੀ ਪੀ ਹੈਗੀ ਹੈ, ਪਹਿਲਾਂ ਸੁਣ ਲਈਏ। The whole country knows who the president of Congress party is. He came to Punjab and he announced that 70% of Punjab is under drugs. And that person himself should have had a dope test done then, but I'm glad that Congress party has now decided that 117 of them will do dope test. And I think they should start with their party president. But instead of deflecting the issue, they should fight the battle of drugs, which is what they have said they would eliminate drugs, and they have totally failed over 1.5 years, and that is why they are trying to use these tactics to deflect public attention. He is subject to dope test, and the person she is thinking of is Rahul Gandhi, who is the one who said 70%. So I congratulate her for her statement, and I say that she is perfectly right that these people should be tested, and certainly Rahul Gandhi will fail the test, I know, because he does take a lot of narcotics, especially cocaine. ਸਵਾਲ ਇੱਕੋ ਪੁੱਛਾਂਗੇ ਬਹਿਸ ਦੇ ਵਿੱਚ, ਸਵਾਲ ਇਹ ਪੁੱਛਾਂਗੇ ਕਿ ਡੋਪ ਟੈਸਟ ਦੇ ਪਰਤੇ ਨਾਲ ਅਸਲੀ ਗੁਨਾਹਗਾਰਾਂ ਨੂੰ ਬਚਾਇਆ ਜਾ ਰਿਹਾ। ਇਸੇ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ ਸੁਖਬੀਰ ਸਿੰਘ ਬਾਜਵਾ, ਸੀਨੀਅਰ ਪੱਤਰਕਾਰ ਨੇ, ਬਾਇਓ ਸਰ ਤੁਹਾਡਾ ਬਹੁਤ ਸਵਾਗਤ ਹੈ, ਬਰਿੰਦਰ ਸਿੰਘ ਢਿੱਲੋਂ ਕਾਂਗਰਸ ਤੋਂ ਨੇ, ਢਿੱਲੋਂ ਸਰ ਤੁਹਾਡਾ ਬਹੁਤ ਸਵਾਗਤ ਹੈ, ਮਾਲਵਿੰਦ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ ਆਉਣਗੇ, ਉਹਨਾਂ ਦਾ ਸਵਾਗਤ ਕਰਾਂਗੇ ਜਦੋਂ ਆ ਜਾਣਗੇ। ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ, ਗੁਰਦਾਸ ਸਿੰਘ ਸੰਧਵਾ ਤੁਹਾਡਾ ਬਹੁਤ ਸਵਾਗਤ ਹੈ, ਨਦੇਸ਼ ਸਿੰਘ ਆਕੜੀ ਸ਼੍ਰੋਮਣੀ ਅਕਾਲੀ ਦਲ ਤੋਂ ਨੇ, ਆਕੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਆਕੜੀ ਸਾਹਿਬ, ਆਕੜੀ ਸਾਹਿਬ ਰਾਹੁਲ ਗਾਂਧੀ ਡੋਪ ਟੈਸਟ ਹੋਣ ਦੇ ਨਾਲ ਮਸਲਾ ਹੱਲ ਹੋ ਜਾਊ ਪੰਜਾਬ ਦਾ, ਕਿਹੋ ਜਿਹੇ ਬਿਆਨ ਦੇ ਰਹੇ ਹੋ ਤੁਸੀਂ ਸਾਰੇ ਲੋਕ? ਦੇਖੋ ਕੇ ਪੀ ਜੀ, ਗੱਲ ਇਹ ਹੈ ਜਿਹੜਾ ਪੰਜਾਬ ਦੇ ਮੱਥੇ 'ਤੇ ਕਲੰਕ ਲੱਗਿਆ, ਨਸ਼ੇੜੀ ਪੰਜਾਬ ਆਖਿਆ ਗਿਆ, ਉਹਦੀ ਸ਼ੁਰੂਆਤ ਵੀ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪੰਜਾਬ 'ਚ ਆ ਕੇ ਕੀਤੀ ਗਈ। ਮਾਫ਼ ਕਰਨਾ, ਪੰਜਾਬ ਦੇ ਗੱਭਰੂਆਂ ਨੂੰ ਪਹਿਲਾਂ ਅੱਤਵਾਦ ਦੇ ਖੇਤਰ ਨੇ ਖਾਇਆ, ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਤਾ। ਔਰ ਜਦੋਂ ਭਾਰਤ ਦੇ ਵੱਡੇ ਲੀਡਰ, ਉਹ ਵੀ ਕਾਂਗਰਸ ਪਾਰਟੀ ਦੇ, ਜਿਹੜੇ ਆਪਣੇ ਆਪ ਨੂੰ ਪਾਰਟੀ ਦਾ ਹੁਣ ਪ੍ਰਧਾਨ ਵੀ ਹੈ ਕਾਂਗਰਸ ਦਾ, ਉਦੋਂ ਨਹੀਂ ਸੀ ਰਾਹੁਲ ਗਾਂਧੀ ਇੱਥੇ ਨਸ਼ਾ ਵੰਡ ਕੇ ਗਏ ਸੀ? ਮੇਰਾ ਸਵਾਲ ਬੜਾ ਸਿੱਧਾ ਹੈ, ਗੱਲ ਇਹ ਹੈ ਉਹਨਾਂ ਨੇ 70% ਨੌਜਵਾਨਾਂ ਨੂੰ ਨਸ਼ੇੜੀ ਆਖਿਆ, ਚਲੋ ਠੀਕ ਹੈ, ਉਹ ਬਹਿਸ ਦਾ ਵਿਸ਼ਾ ਹੈਗਾ, ਉਸ ਤੇ ਸਵਾਲ ਜਵਾਬ ਕਰਨਾ ਲਾਜ਼ਮੀ ਹੈਗੇ ਆ। ਪਰ ਸਵਾਲ ਇਹ ਹੈਗਾ, ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਨੂੰ ਨਸ਼ੇੜੀ ਰਾਹੁਲ ਗਾਂਧੀ ਨੇ ਬਣਾਤਾ ਕੀ? ਨਹੀਂ, ਨਸ਼ੇੜੀ ਰਾਹੁਲ ਗਾਂਧੀ ਨੇ ਆ ਕੇ ਕਿਹਾ ਪੰਜਾਬ 'ਚ ਕਿ 70% ਪੰਜਾਬ ਨਸ਼ੇੜੀ ਹੈ, ਡਰੱਗ ਦਾ ਐਡਿਕਟਡ ਹੈ। ਮੈਂ ਪੁੱਛਣਾ ਚਾਹੁੰਦਾ ਕੇ ਪੀ ਜੀ, ਇਮਾਨਦਾਰੀ ਨਾਲ ਦੱਸੋ, ਤੁਹਾਡੇ ਆਂਢ ਗੁਆਂਢ 'ਚ 70% ਲੋਕ ਨਸ਼ਾ ਕਰਦੇ ਆ? ਇਮਾਨਦਾਰੀ ਨਾਲ ਗੱਲ ਕਰੀਏ ਜੀ ਆਪਾਂ, ਤੁਸੀਂ ਇਮਾਨਦਾਰੀ ਨਾਲ ਜਵਾਬ ਦਿਓ ਨਾ ਮੈਨੂੰ ਇੱਕ, ਤੁਸੀਂ ਇਮਾਨਦਾਰੀ ਨਾਲ ਜਵਾਬ ਦਿਓ, ਤੁਸੀਂ ਕਹਿ ਰਹੇ ਹੋ ਪੰਜਾਬ ਨੂੰ ਨਸ਼ੇ ਵੱਲ ਧੱਕਦਾ, ਕਿਹਨੇ ਧੱਕਿਆ, ਕਿਹਨੇ ਧੱਕਿਆ ਪੰਜਾਬ ਨੂੰ ਨਸ਼ੇ ਵੱਲ ਧੱਕਿਆ, ਕਿੰਨੇ ਆ ਮੈਨੂੰ ਉਸ ਵਾਲਾ ਜਵਾਬ ਦਿਓ, ਤੁਸੀਂ ਸਾਡੇ ਤੋਂ ਇਮਾਨਦਾਰੀ ਪੁੱਛੀ ਜਾਂਦੇ ਹੋ। ਇਹ ਸ਼ੁਰੂਆਤ ਕੀਤੀ ਰਾਹੁਲ ਗਾਂਧੀ ਨੇ, ਰਾਹੁਲ ਗਾਂਧੀ ਨੇ ਪੰਜਾਬ ਨੂੰ ਨਸ਼ੇ ਵੱਲ ਧੱਕਤਾ, ਉਹਨੇ ਆ ਕੇ ਪ੍ਰਵੋਕ ਕੀਤਾ, ਰਾਹੁਲ ਗਾਂਧੀ ਨੇ ਪੰਜਾਬ ਨੂੰ ਨਸ਼ੇ ਵੱਲ ਧੱਕਤਾ। ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੇਪੀ ਜੀ, ਨਸ਼ਿਆਂ ਦੇ ਮਾਮਲੇ ਦੇ ਵਿੱਚ ਮੈਂ ਕਹਿੰਦਾ ਕਿ ਜਿਹੜਾ ਨਸ਼ਿਆਂ ਦਾ ਸੌਦਾਗਰ ਹੈ ਉਹਨੂੰ ਕੜੀ ਤੋਂ ਕੜੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਉਹ ਭਾਵੇਂ ABC ਜਿਹੜਾ ਮਰਜ਼ੀ ਇਨਸਾਨ ਹੋਵੇ। ਤੁਸੀਂ ਕਿਉਂ ਨਹੀਂ ਲੱਭ ਸਕੇ, ਤੁਸੀਂ ਕਿਉਂ ਨਹੀਂ ਲੱਭ ਸਕੇ ਪਿਛਲੇ ਸਾਲ? ਸਾਡੀ ਸਰਕਾਰ ਵੇਲੇ ਕਿੰਨਾ ਨਸ਼ਾ ਫੜਿਆ ਗਿਆ, ਕਿੰਨੇ ਲੋਕ ਫੜੇ ਗਏ, ਕਿੰਨੇ ਦੇ ਮੁਕੱਦਮੇ ਦਰਜ ਹੋਏ, ਇਹ ਅੰਕੜੇ ਦੱਸਦੇ ਆ। ਹੁਣ ਗੱਲ ਇਹ ਹੈ ਕਿ ਅਕਾਲੀ ਦਲ ਤੇ ਭਾਜਪਾ ਨੂੰ ਕੇਵਲ ਨਸ਼ਿਆਂ ਦੇ ਤੇ ਰੇਤ ਮਾਫੀਏ ਦੀ ਗੱਲਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਰਲ ਕੇ ਇੰਨਾ ਬਦਨਾਮ ਕਰਦਾ, ਸਾਡੀ ਤਾਂ ਭਰਾਵਾ ਸੁਣ ਨਹੀਂ ਲਾ ਕੇ। ਹੁਣ ਮਸਲਾ ਇਹ ਹੈਗਾ ਪੰਜਾਬ ਦੀ ਜਨਤਾ ਬਾਰੇ ਤੁਸੀਂ ਸਾਰੇ ਲੋਕਾਂ ਨੇ ਸੋਚਣਾ ਨਹੀਂ, ਤੁਸੀਂ ਬਦਲੇ ਲੈਣੇ ਇੱਕ ਦੂਜੇ ਤੋਂ। ਨਹੀਂ, ਕੋਈ ਬਦਲੇ ਨਹੀਂ ਲੈਣੇ, ਨਾ ਇਸ ਮਾਮਲੇ ਦੇ ਕੋਈ ਬਦਲਾਖੋਰੀ ਨਹੀਂ। ਸ਼੍ਰੋਮਣੀ ਅਕਾਲੀ ਦੇ ਮਾਣਯੋਗ ਪ੍ਰਧਾਨ ਨੇ ਕਿਹਾ ਕਿ ਜੋ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਹੈ ਸੂਬੇ ਦੇ,
उन्होंने जिहड़े डोप टेस्ट की हुण गल कही है कर्मचारियों अधिकारियों प्रशासनिक अधिकारियों ते एमएलएयां दे भी डोप टेस्ट होना चाहिए उन्होंने एप्रीशिएट किया बट वो ये गल कहने कि इहदे च ड्रामेबाजी नहीं बिल्कुल चाहिए सर्वदली पार्टी मीटिंग सदनी चाहिए उस च फैसला करना चाहिए ऐदा नहीं हुंदा कि नादरशाही का हुक्म आप जो चाहिए पंजाब च लागू कर दिए अज पंजाब दे मुलाजम जो सैक्रटेट बैठे आ वह की कहते हैं पंजाब जो बैठे वह की कहते हैं सारे पंजाब दे ना दा मुलाजम नशेड़ी है ना विधायक जां एमपी नशेड़ी है तो हर एक बंदे नूं इक निगाह नाल तुसीं तकोगे तो समाज ते सवालिया चिन्ह लगेगा मैं समझदा डॉप नेता जी नशेड़ी है मैं कहा केड़े नेता जी नशेड़ी है फिर नशेड़ी जो राहुल गांधी डोप टेस्ट हो गए देखो हुण सुब्रमण्यम स्वामी जी ने देखो माणयोग केंद्रीय मंत्री बीबा हरसिमरत कौर जी ने गल कही है कि राहुल गांधी ने पंजाब जाके कहा 70% पंजाब नशेड़ी है सुब्रमण्यम स्वामी जी जो भारतीय जनता पार्टी के बड़े आगू है उन्होंने उस तो दो कदम अगे जाके गल कहती कि अगर राहुल गांधी का डॉप टेस्ट होता तो फेल होएगा ठीक है वरिंदर ढिल्लो डॉप टेस्ट वाला ये शगुफा है देखो तुसी अगर तुसी इस गल नूं शगुफा कह लो या कुछ होर भी कह लो लेकिन ना तो कैप्टन अमरिंदर सिंह ने कहा भी डोप टेस्ट कोई सोल्यूशन आ उन्होंने एक शुरुआत की एक सिंबोलिक भी शुरुआत कह सकते हैं और उन्होंने अपनी इंटेंशन भी दसी आ कि मैं ड्रग्स के इशू के उत्ते मैं किसी भी हद तक जाने तैयार हाँ बेशक वो अपना की कहें डोप टेस्ट हो बेशक वो कोई होर टेस्ट हो बेशक वो नशे को बंद करन दी कोई गल हो या कोई भी गल हो आ मुद्दा डोप का कितों इन्ना बन गया भी इन्ना भख गया भी अज कभी कोई डोप टेस्ट करके फोटो करा रहा यह करा रहा ਇਹਦੇ ਬਾਰੇ ਜ਼ਰੂਰ ਆਪਾਂ ਨੂੰ ਸੋਚਣਾ ਚਾਹੀਦਾ ਪਰ ਮੁੱਦੇ ਤੋਂ ਰਾਹੁਲ ਗਾਂਧੀ ਦਾ ਡੋਪ ਹੋਣਾ ਚਾਹੀਦਾ ਨਹੀਂ ਰਾਹੁਲ ਗਾਂਧੀ ਦਾ ਤਾਂ ਐਵੇਂ ਵਾਹੀਆ ਇੱਕ ਬੰਦੇ ਨੇ ਆਪਣੀ ਅਟੈਂਸ਼ਨ ਲੈਣੀ ਆ ਉਹ ਅੱਜ ਉਹਨੂੰ ਟੀਵੀ ਤੇ ਆਉਣ ਦਾ ਮੌਕਾ ਮਿਲ ਗਿਆ ਉਹ ਕਦੀ ਅਰੁਣ ਜੇਟਲੀ ਬਾਰੇ ਕੁਝ ਬੋਲ ਦਿੰਦਾ ਇੱਕ ਬੇਸਿਕਲੀ ਇੱਕ ਪਾਗਲ ਆਦਮੀ ਆ ਅਗਰ ਮੈਂ ਇਸ ਕਰਕੇ ਇਹ ਲਵ ਯੂਜ਼ ਕਰ ਰਿਹਾ ਹੋਏ ਸ਼ਬਦ ਨਹੀਂ ਵਰਤਣੇ ਚਾਹੀਦੇ ਤੁਹਾਨੂੰ ਮੈਂ ਕੀ ਅਗਰ ਤੁਸੀਂ ਆਪ ਦੱਸੋ ਵੀ ਇੱਕ ਬੰਦਾ ਕਦੀ ਇਹ ਕਹਿ ਦਿੰਦਾ ਵਾ ਅੱਜ ਉਹਨੂੰ ਟੀਵੀ ਤੇ ਆਉਣ ਦੇ ਮੌਕੇ ਕਰਕੇ ਉਹ ਇਹੋ ਜਿਹੇ ਸ਼ਬਦ ਵਰਤ ਲੈਂਦਾ ਵਾ ਵੀ ਜਿਹਦੇ ਕਰਕੇ ਵੀ ਮਤਲਬ ਵੀ ਇੱਕ ਸੈਂਸਲੈਸ ਨਹੀਂ ਉਹ ਤੁਹਾਨੂੰ ਤਾਂ ਨਹੀਂ ਚੰਗੇ ਲੱਗਦੇ ਗਾਂਧੀ ਪਰਿਵਾਰ ਦੇ ਮਗਰ ਪਏ ਹੋਏ ਬਿਲਕੁਲ ਮੈਨੂੰ ਤਾਂ ਬਿਲਕੁਲ ਨਹੀਂ ਚੰਗੇ ਲੱਗਦੇ ਬਿਲਕੁਲ ਗਾਂਧੀ ਪਰਿਵਾਰ ਦੇ ਬਾਰੇ ਸਿਆਸੀ ਮਜਬੂਰੀ ਹੈ ਨਾ ਚੰਗੇ ਲੱਗਨੇ ਮੇਰੀ ਸਿਆਸੀ ਮਜਬੂਰੀ ਨਹੀਂ ਇੱਕ ਇਹੋ ਜਿਹਾ ਬੰਦਾ ਪੋਲੀਟੀਕਲ ਵਿੱਚ ਪੋਲਿਟਿਕਸ ਵਿੱਚ ਜਿਹਦੇ ਐਲੀਗੇਸ਼ਨ ਔਰ ਉਹ ਵੀ ਕੀ ਉਹਦੇ ਤੇ ਰਾਹੁਲ ਗਾਂਧੀ ਦੇ ਉੱਤੇ ਜਿਹੜੇ ਉਹਨੇ ਐਲੀਗੇਸ਼ਨਸ ਲਾਏ ਆ ਕੀ ਇਹ ਕੋਈ ਪਬਲਿਕ ਡਿਸਕੋਰਸ ਵਿੱਚ ਐਲੀਗੇਸ਼ਨਸ ਲਾਉਣ ਵਾਲੀ ਗੱਲ ਬਣਦੀ ਆ ਔਰ ਕੀ ਇਹ ਕੋਈ ਹੱਲ ਆ ਉਹ ਆਪਣੀ ਇੱਕ ਮਿੰਟ ਦੇ ਲਾਈਮਲਾਈਟ ਵਾਸਤੇ ਸਿਰਫ ਇੱਕ ਮਿੰਟ ਉਹ ਕਿਉਂਕਿ ਟੀਵੀ ਤੇ ਆਉਣਾ ਚਾਹੁੰਦਾ ਸੀ ਰਾਹੁਲ ਗਾਂਧੀ ਦੇ ਨਾਂ ਬਿਨਾਂ ਲਿੱਤੇ ਉਹ ਟੀਵੀ ਤੇ ਨਹੀਂ ਆ ਸਕਦਾ ਔਰ ਮੈਂ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰੂੰਗਾ ਇਹੋ ਜਿਹੇ ਵਾਹੀਆਤ ਬਿਆਨ ਕੱਲ੍ਹ ਨੂੰ ਮੈਂ ਬੀਬਾ ਸਿਮਰਤ ਕੌਰ ਬਾਦਲ ਬਾਰੇ ਜਾਂ ਆਪਣਾ ਸੁਖਬੀਰ ਬਾਦਲ ਬਾਰੇ ਜਾਂ ਅਰਵਿੰਦ ਕੇਜਰੀਵਾਲ ਬਾਰੇ ਇਹਨਾਂ ਦੀ ਆਪਣਾ ਕੋਈ ਇਹੋ ਜਿਹੀ ਗੱਲ ਕਰੂੰਗਾ ਜਿਹੜੀ ਨਾ ਮੇਰੇ ਕੋਲ ਕੋਈ ਪ੍ਰੂਫ ਹੋਵੇ ਨਾ ਮੇਰੇ ਕੋਲ ਕੋਈ ਗੱਲ ਹੋਵੇ ਬਿਨਾਂ ਫੈਕਟਸ ਤੋਂ ਐਵੇਂ ਬਸ ਇੱਕ ਪਬਲਿਕ ਪਰਸੈਪਸ਼ਨ 'ਚ ਵੀ ਗੱਲ ਨਹੀਂ ਹੈ ਮੈਨੂੰ ਦੱਸ ਦਿਓ ਅਰਵਿੰਦ ਕੇਜਰੀਵਾਲ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਖੋ ਅਗਰ ਤੁਸੀਂ ਇਸ ਗੱਲ ਨੂੰ ਮਤਲਬ ਇਹ ਕੋਈ ਮਜ਼ਾਕ ਦਾ ਪਾਤਰ ਨਹੀਂ ਮਜ਼ਾਕ ਤਾਂ ਬਣਾਤਾ ਨਾ ਸਾਰਿਆਂ ਨੇ ਮਜ਼ਾਕ ਤਾਂ ਬਣਾਤਾ ਇਸੇ ਵਾਰ ਸਵਾਲ ਕਰ ਰਹੇ ਹਾਂ ਜਿਹੜੀ ਅਸਲੀ ਗੱਲ ਹੈ ਅਸਲੀ ਗੱਲ ਅਸੀਂ ਸੁਦਾਗਰਾਂ ਨੂੰ ਫੜਨਾ ਅਸੀਂ ਮੇਰੀ ਗੱਲ ਗੱਲ ਹੀ ਨਹੀਂ ਕਰਦੇ ਅਸੀਂ ਅਰਵਿੰਦ ਕੇਜਰੀਵਾਲ ਨੂੰ ਕਹਿਣ ਵਾਲੇ ਕੌਣ ਹੁੰਦੇ ਆ ਹਾਂ ਅਸੀਂ ਅਰਵਿੰਦ ਕੇਜਰੀਵਾਲ ਦਿੱਲੀ ਦਾ ਵਿੱਚ ਰਾਜਨੀਤੀ ਕਰਦਾ ਵਾ ਇਹਨਾਂ ਦੀ ਆਮ ਆਦਮੀ ਪਾਰਟੀ ਆਪ ਉਹਨਾਂ ਨੂੰ ਕਈ ਵਾਰ ਪ੍ਰਧਾਨ ਨਹੀਂ ਮੰਨਦੀ ਸੋ ਮੈਂ ਤਾਂ ਅਸੀਂ ਤਾਂ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਲੀਡਰਾਂ ਨੂੰ ਜ਼ਰੂਰ ਇੱਕ ਵਾਰ ਆਪਣਾ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਦੇਣਾ ਚਾਹੀਦਾ ਵਾ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਿੰਟ ਲਾਇਆ ਨਾ ਡੋਪ ਟੈਸਟ ਕਰਨ ਨੂੰ ਸੁਖਬੀਰ ਸਿੰਘ ਬਾਦਲ ਇਹ ਸਟੇਟਮੈਂਟ ਨਹੀਂ ਦੇ ਸਕਦਾ ਜਾ ਕੇ ਹਸਪਤਾਲ ਵਿੱਚ ਕਿਸੇ ਸਰਕਾਰੀ ਹਸਪਤਾਲ ਡੋਪ ਟੈਸਟ ਕਰਾ ਦੇ ਇਹਦੇ ਨਾਲ ਮਸਲਾ ਤਾਂ ਨਹੀਂ ਹੱਲ ਹੋਊਗਾ ਲੇਕਿਨ ਗੱਲ ਮੁੱਦਾ ਇਹ ਆ ਵੀ ਮੁੱਦਿਆਂ ਨੂੰ ਡਾਇਵਰਟ ਕਰਨ ਵਾਸਤੇ ਆਮ ਆਦਮੀ ਪਾਰਟੀ ਚ ਅਮਨ ਸਿੰਗਲਾ ਸਾਹਿਬ ਨੇ ਆਪਣਾ ਜਿਹੜੇ ਇਹਨਾਂ ਦੇ ਸੁਨਾਮ ਤੋਂ ਐਮਐਲਏ ਆ ਅਮਨ ਅਰੋੜਾ ਜੀ ਉਹਨਾਂ ਨੇ ਦਵਾ ਦਵ ਜਾ ਕੇ ਆਪਣਾ ਹੀ ਕਹਿੰਦਾ ਵੀ ਅਮਰਿੰਦਰ ਸਿੰਘ ਵੀ ਡੋਪ ਟੈਸਟ ਦੇਵੇ ਤਾਂ ਇਹ ਮੁੱਦਾ ਲਾਈਮਲਾਈਟਲੀ ਸਰ ਕੋ ਕੀਤਾ ਜਾ ਰਿਹਾ ਸਭ ਕੁਝ ਸਿਰਫ ਇਸ ਕਰਕੇ ਤੁਸੀਂ ਤਾਂ ਨਹੀਂ ਲਾਈਮਲਾਈਟਲੀ ਕਰ ਰਹੇ ਅਸੀਂ ਅਗਰ ਪੰਜਾਬ ਦੇ ਦੇਖੋ ਪੰਜਾਬ ਦੇ ਲਈ ਹੱਲ ਕਰੋਗੇ ਪਹਿਲੋ ਪਹਿਲੋ ਗੱਲਾਂ ਹੁੰਦੀਆਂ ਸੀ ਆ ਵੀ ਸਰਕਾਰਾਂ ਚਿੱਟਾ ਵਕਾਨੀਆਂ ਅੱਜ ਕੋਈ ਇਹ ਨਹੀਂ ਕਹਿ ਸਕਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਿੱਟਾ ਵਕਾਰੀ ਆ ਅੱਜ ਕੋਈ ਸਾਡੇ ਨੇਤਾ ਦੇ ਉੱਤੇ ਕੌਣ ਵਕਾ ਰਿਹਾ ਫਿਰ ਅੱਜ ਕੌਣ ਵਕਾ ਰਿਹਾ ਉਹ ਦੱਸ ਦੋ ਨਾ ਜੇ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਨਹੀਂ ਵਕਾਉਂਦੀ ਵੀ ਕੌਣ ਵਕਾ ਰਿਹਾ ਦੱਸੋ ਫਿਰ ਅਸੀਂ ਤਾਂ ਹੀ ਕਹਿ ਰਹੇ ਹਾਂ ਦੱਸੋ ਕੌਣ ਵਕਾ ਰਿਹਾ ਮੈਂ ਦੱਸ ਰਿਹਾ ਕੌਣ ਵਕਾ ਰਿਹਾ ਤੁਸੀਂ ਆਪਣੇ ਉੱਤੇ ਇੱਜ਼ਤ ਕੌਣ ਵਕਾ ਰਿਹਾ ਦੱਸੋ ਨਹੀਂ ਪੁੱਛਣਾ ਪੈਣਾ ਹੈ ਕੌਣ ਵਕਾ ਰਿਹਾ ਫਿਰ ਮਸਲਾ ਹੈ ਹੀ ਇਹੋ ਜਿਹਾ ਜਿਹੜਾ ਵਕਾ ਰਿਹਾ ਫਿਰ ਕਦੋਂ ਦੋਗੇ ਜਦੋਂ ਇੱਕ ਮਿੰਟ नशे की गल करिए कैप्टन अमरिंदर सिंह ने एक सौं खाधी सी भी मैं चार हफ्तों में नशे की लक तोड़ूंगा आपां नूं मन्नण विच अज इस गल दे उत्ते सवालिया चिन्ह हो सकदे तुसीं मेरे ते इल्जाम ला सकदे हो मैं तुहाडे ते ला सकदा नशा सरकार तां नहीं विकारी
ਇਹ ਗੱਲ ਤੇ ਉੱਤੇ ਡਿਬੇਟ ਜ਼ਰੂਰ ਹੋਊਗੀ। ਇਹ ਕਹਿਣਗੇ ਵੀ ਨਸ਼ਾ ਖਤਮ ਨਹੀਂ ਹੋਇਆ, ਅਸੀਂ ਕਹਾਂਗੇ ਨਸ਼ਾ ਖਤਮ ਹੋ ਗਿਆ, ਕੋਈ ਕਹਿ ਦੂਗਾ ਨਸ਼ੇ ਦਾ ਲੱਕ ਟੁੱਟ ਗਿਆ। ਲੇਕਿਨ ਇਸ ਗੱਲ ਦੀ ਸਰਕਾਰ ਦੀ ਮਨਸ਼ਾ ਔਰ ਇੰਟੈਂਸ਼ਨ ਦੇ ਉੱਤੇ ਅੱਜ ਕੋਈ ਡਾਊਟ ਨਹੀਂ ਕਰ ਸਕਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਜਿਹੜੀ ਨਸ਼ਿਆਂ ਪ੍ਰਤੀ ਆ ਉਹ ਪੂਰੀ ਤਰ੍ਹਾਂ ਵਚਨਬੰਧ ਆ ਔਰ ਪੂਰੀ ਤਰ੍ਹਾਂ ਲੱਕ। ਅੱਜ ਸਿਮਰਜੀਤ ਸਿੰਘ ਬੈਂਸ ਦਾ ਇੱਕ ਬੰਦਾ ਉੱਥੋਂ ਕੌਂਸਲਰ ਫੜਿਆ ਗਿਆ, ਉਦੋਂ ਸਿਮਰਜੀਤ ਸਿੰਘ ਬੈਂਸ ਬੋਲਦਾ ਨਹੀਂ ਕੁਛ। ਸੁਖਪਾਲ ਸਿੰਘ ਖਹਿਰਾ ਖੁਦ ਇੱਕ ਡਰੱਗ ਅਕਿਊਜ਼ ਵਾਸਤੇ ਕੋਰਟ ਵਿੱਚ ਫੋਨ ਕਰਦਾ ਵਾ, ਕਾਲ ਰਿਕਾਰਡ ਹੈਗਾ ਵੀ ਇਹਨੂੰ ਛੱਡਿਆ ਦਿੱਤਾ ਜਾਵੇ। ਔਰ ਇਹ ਬੰਦੇ ਸਾਨੂੰ ਸਿੱਖਿਆ ਦੇਣਗੇ ਕਿ ਤੁਸੀਂ ਨਸ਼ਾ ਦੇ ਬਾਰੇ ਜਦੋਂ ਇਹਨਾਂ ਦੇ ਆਪ ਦੇ ਉੱਤੇ ਗੱਲ ਆਉਂਦੀ ਹੈ ਉਦੋਂ ਇਹਨਾਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ। ਛੋੜਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਅਸਲ ਵਿੱਚ ਜਿਹੜੇ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਇਸ ਨਾਲ ਕੀ ਪੰਜਾਬ ਦੀ ਜਨਤਾ ਦਾ, ਪੰਜਾਬ ਦੇ ਮਸਲੇ ਦਾ ਹੱਲ ਹੋ ਜਾਵੇਗਾ, ਸਵਾਲ ਇਹ ਹੈ, ਇਸ ਅਗਰੇ ਸਵਾਲ ਪੁੱਛਿਆ ਜਾ ਰਿਹਾ ਕਿਹੜੇ ਨੇਤਾ ਨਿਛੇੜੀ ਹੈਗੀ ਆ, ਇਹ ਆਪਦੇ ਆਪ ਸਵਾਲ ਕਰ ਰਹੇ ਆ, ਤੁਹਾਡਾ ਖਿਆਲ ਨਹੀਂ ਕਰ ਰਹੇ ਕਿਉਂਕਿ ਪੰਜਾਬ ਦੀ ਜਨਤਾ ਨੂੰ ਕੀ ਚਾਹੀਦਾ, ਪੰਜਾਬੀਆਂ ਨੂੰ ਕੀ ਚਾਹੀਦਾ, ਉਹਨਾਂ ਨੂੰ ਮਸਲੇ ਦਾ ਹੱਲ ਚਾਹੀਦਾ, ਸਿਆਸਤ ਨਹੀਂ ਚਾਹੀਦੀ। ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਕਰਨੇ ਜ਼ਰੂਰ ਹੈ। ਡੋਪ ਟੈਸਟ ਦੇ ਪਰਤੇ ਨਾਲ ਅਸਲੀ ਗੁਨੇਗਾਰਾਂ ਨੂੰ ਬਚਾਇਆ ਤਾਂ ਨਹੀਂ ਜਾ ਰਿਹਾ, ਸੁਖਵੀਰ ਬਾਜਵਾ ਮੇਰਾ ਸਵਾਲ ਇਹੀ ਹੈ ਤੁਹਾਨੂੰ। ਦੇਖੋ ਪਹਿਲੀ ਗੱਲ ਤਾਂ ਜਿਹੜੀ ਪਿਛਲੇ 10 ਸਾਲ ਅਕਾਲੀ ਬੀ ਜੇ ਪੀ ਸਰਕਾਰ ਰਹੀ ਹੈ ਉਹਨਾਂ ਕੋਲ ਪ੍ਰੋਪਰ ਕੰਟਰੋਲ ਢੰਗ ਨਾਲ ਨਹੀਂ ਹੋ ਸਕਿਆ ਹੈਗਾ। ਔਰ ਮੈਂ ਵੀ ਬੜਾ ਹੈਰਾਨ ਹਾਂ ਕਿ ਮੌਜੂਦਾ ਆਪਣੇ ਕਾਂਗਰਸ ਦੇ ਇੱਕ ਨੁਮਾਇੰਦੇ ਬੈਠੇ ਨੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਗਰਾਊਂਡ ਰਿਐਲਿਟੀਜ਼ ਬਾਰੇ ਜਾਣਕਾਰੀ ਨਹੀਂ ਹੈ। ਇਹਨਾਂ ਦੇ ਐਸ ਐਸ ਪੀ ਲੱਗੇ ਨੇ ਜਿਨ੍ਹਾਂ ਦੇ ਉੱਪਰ ਖੁਦ ਹੀ ਇੱਕ ਬੜੇ ਸੀਰੀਅਸ ਐਲੀਗੇਸ਼ਨ ਦੇ ਨਾਲ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ, ਜਿਨ੍ਹਾਂ ਨੇ ਭੁੱਖੀਆਂ ਦੇ ਪੈਕਟ ਕਿਲੋ ਕਿਲੋ ਦੇ ਬਣਾ ਕੇ ਵੇਚੇ ਵੀ ਹੈ ਔਰ ਬੜਾ ਕੁਛ ਕੀਤਾ, ਔਰ ਜਿਹੜੀ ਰਿਪੋਰਟ ਦਬਾਈ ਜਾ ਰਹੀ ਹੈ ਹੁਣ ਉਹਦਾ ਖੁਲਾਸਾ ਹੋ ਰਿਹਾ ਅਤੇ ਉਹਨੂੰ ਮਤਲਬ ਇੱਕ ਨਹੀਂ ਇੱਕ ਇੱਦਾਂ ਦੇ ਮਾਝੇ ਦੇ ਵਿੱਚ ਵੀ ਆ ਅਤੇ ਥੋੜ੍ਹਾ ਇੱਧਰੋਂ ਦੁਆਬੇ 'ਚ ਵੀ ਹੈਗਾ। ਲੇਕਿਨ ਪੁਲਿਸ ਅਫਸਰਾਂ ਦਾ ਕਿਤੇ ਨਾ ਕਿਤੇ ਜਿਹੜੀ ਆਪ ਦੀ ਇਨਵੈਸਟੀਗੇਸ਼ਨ ਚੱਲਦੀ ਹੈ, ਸਾਨੂੰ ਜਾਣਕਾਰੀ ਨਹੀਂ ਹੋਏਗੀ ਕਿਉਂਕਿ ਮੇਰੇ ਖਿਆਲ ਇਹੋ ਜਿਹੇ ਅਫਸਰ ਲਗਾਉਣੇ ਨਹੀਂ ਚਾਹੀਦੇ ਜਿਹੜੇ ਆਲਰੇਡੀ ਪਹਿਲਾਂ ਦਾਗੀ ਹੋਣ ਜਾਂ ਕੇਸ ਚੱਲਦੇ ਹੋਣ ਜਾਂ ਡਰੱਗਸ ਨੂੰ ਲੈ ਕੇ ਇਨਕੁਆਇਰੀ ਆਲਰੇਡੀ ਫੇਸ ਕਰ ਰਹੇ ਨੇ। ਹੁਣ ਜਿਹੜੇ ਕਿ ਨਵੇਂ ਇੱਕ ਜਿਹੜੇ ਕਵਜੀ ਢਿੱਲੋਂ ਨੂੰ ਲਗਾਏ ਨੇ ਕਿ ਹੁਣ ਆਪਾਂ ਕਿਉਂਕਿ ਅਕਸਰ ਕਿਉਂਕਿ ਪਹਿਲਾਂ ਵੀ ਡਿਸਕਸ ਕੀਤੀ ਸੀ ਕਵਰੀ ਆ ਕੇ ਕਿ ਸੀਰੀਅਸ ਐਲੀਗੇਸ਼ਨ ਅਫਸਰਾਂ ਦੇ ਚਲਦੀ ਪਈ ਇਨਕੁਆਇਰੀ, ਉਹ ਉਹਨਾਂ 'ਚੋਂ ਕਵਲਜੀਤ ਸਿੰਘ ਢਿੱਲੋਂ ਹੀ ਨੇ ਹੈਗੇ। ਔਰ ਜੇ ਤੁਸੀਂ ਦੇਖੋ ਆ ਕਿ ਔਰ ਅਪਾਇੰਟਮੈਂਟਸ ਇਸ ਤਰ੍ਹਾਂ ਦੀ ਹੋ ਰਹੀਆਂ ਨੇ ਜਿਹੜੀਆਂ ਕਿ ਪੋਲੀਟੀਕਲੀ ਹੋ ਰਹੀਆਂ ਨੇ, ਡੀ ਜੀ ਪੀ ਨੂੰ ਕੋਈ ਪੁੱਛਿਆ ਨਹੀਂ ਗਿਆ, ਇੰਟੈਲੀਜੈਂਸ ਵਿੰਗ ਤੋਂ ਕੋਈ ਬੈਕਗਰਾਊਂਡ ਨਹੀਂ ਲਈ ਗਈ ਆ ਕੇ, ਐਨ ਐਸ ਕਲਸੀ ਨੂੰ ਹੋਮ ਤੋਂ ਕੁਛ ਨਹੀਂ ਪੁੱਛਿਆ ਗਿਆ ਜੀ ਆ ਕੇ, ਔਰ ਕਲੀਅਰ ਨਹੀਂ ਨਾ ਹੀ ਨਾ। ਦੇਖੋ ਤੁਸੀਂ ਮੈਂ ਨਹੀਂ ਬੋਲਿਆ, ਤੁਸੀਂ ਨਾ ਬੋਲਾ ਕੇ, ਤੁਸੀਂ ਛੋਟੇ ਮੇਰੇ ਵੀਰ ਤੁਸੀਂ ਆਪਣਾ ਸੁਣ ਲਓ, ਕਰੀ ਪੇਸ਼ੈਂਸ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਦੇਖਦੇ ਪਏ ਹਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ ਆਪਣਾ ਭਾਅ ਜੀ। ਹੁਣ ਦੂਜੀ ਗੱਲ ਆ ਕਿ ਜਿਹੜੀਆਂ ਹੁਣ ਇਹ ਆਸਤ ਆਸਤ ਫੈਸਲਾ ਚਲੋ ਹੋ ਜੂਗਾ, ਮੇਰੇ ਕਹਿਣ ਦਾ ਮਤਲਬ ਇੰਨਾ ਹੈ ਕਿ ਜਿਹੜੀ ਪੁਲਿਸ ਅਫਸਰ ਦੀ ਜਿਹੜੇ ਉੱਪਰ ਕੰਟਰੋਲ ਕਰਨਾ ਉਹ ਜਿਹੜਾ ਅਜੇ ਵੀ ਜਿਹੜਾ ਪ੍ਰੋਪਰ ਢੰਗ ਨਾਲ ਨਹੀਂ ਹੋ ਪਾ ਰਿਹਾ ਕਿਉਂਕਿ ਜਿਹੜੀਆਂ ਜਦ ਤੱਕ ਪੋਲੀਟੀਕਲੀ ਜਿਹੜੀਆਂ ਅਗਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਕਾਲੀਆਂ ਨੇ ਹਲਕਾ ਇੰਚਾਰਜ ਲਗਾ ਕੇ ਤਾਂ ਉਹਨਾਂ ਨੇ ਗਾਂ ਡਿਪਟੀ ਐਸ ਐਚ ਓ ਲਗਾਏ ਸੀ ਜਾਂ ਡੀ ਐਸ ਸੀ ਲਾਏ ਸੀ ਐਸ ਐਸ ਪੀ ਲਾਏ ਸੀ ਤਾਂ ਇਹਨਾਂ ਨੇ ਵੀ ਘੱਟ ਨਹੀਂ ਕੀਤੀ ਵੀ ਇਹਨਾਂ ਨੇ ਜਿਹੜੀਆਂ ਪੋਲੀਟੀਕਲ ਜਿਹੜੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਨਾ ਉਹਦੇ 'ਚ ਕੈਬਨਿਟ ਚੱਲਿਆ ਕਿ ਡੀ ਐਸ ਪੀ ਐਸ ਐਸ ਪੀ ਠੀਕ ਹੈ ਸਿਫਾਰਸ਼ ਪੋਲੀਟੀਕਲੀ ਨਾਲ ਗਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਅਪਾਇੰਟਮੈਂਟਸ ਹੋ ਰਹੀਆਂ ਉਹਦੇ ਕਰਕੇ ਆ ਜਿਹੜਾ ਇਸ ਮੁਹਿੰਮ ਨੂੰ ਝਟਕਾ ਲੱਗ ਰਿਹਾ ਹੈ। ਉਹ ਇਦਾਂ ਨਾ ਤੁਸੀਂ ਅਗਰ ਪੋਲੀਟੀਕਲ ਅਪਾਇੰਟਮੈਂਟ ਕਰਾਓਗੇ ਤਾਂ ਤੁਸੀਂ ਉਹ ਕਿਤੇ ਨਾ ਕਿਤੇ ਥੱਲੇ ਦੱਬ ਕੇ ਕੰਮ ਕਰਦਾ ਆ ਕੇ ਜੀ, ਜੋ ਤੁਸੀਂ ਚੰਗਾ ਅਫਸਰ ਲਗਾਓ ਆ ਕੇ ਜਿਹੜਾ ਪੋਲੀਟੀਕਲੀ ਪ੍ਰੈਸ਼ਰ ਦੇ ਨਾਲ। ਠੀਕ ਹੈ, ਮੇਰਾ ਸਵਾਲ ਇਹ ਸੀ ਸੁਖਵੀਰ ਬਾਜਵਾ ਕਿ ਡੋਪ ਟੈਸਟ ਦੇ ਪਰਦੇ ਨਾਲ ਅਸਲੀ ਗੁਨੇਗਾਰਾਂ ਨੂੰ ਤਾਂ ਨਹੀਂ ਬਚਾਇਆ ਜਾ ਰਿਹਾ? ਦੇਖੋ ਇੱਕ ਗੱਲ ਤਾਂ ਪੱਕੀ ਹੈ ਜੀ, ਇਹ ਹੁਣ ਜਿਹੜਾ ਸਟੇਟਮੈਂਟ ਜਿਹੜੀਆਂ ਵਾਰ ਵਾਰ ਆ ਰਹੀਆਂ ਜੀ ਆ ਕੇ ਉਹ ਜਿਹੜੀ ਦੌੜ ਚੱਲ ਰਹੀ ਹੈ ਕਿ ਵੀ ਮੈਂ ਪਹਿਲਾਂ ਟੈਸਟ ਕਰਾਵਾਂਗਾ ਆ ਕੇ ਉਹਦੇ 'ਚ ਆਪਣਾ ਮੀਡੀਆ ਹਾਊਸ ਵੀ ਆਪਾਂ ਚਾਹੁੰਦੇ ਹਾਂ ਕਿ ਜਦੋਂ ਇੱਕ ਵਾਰੀ ਕਰਾਉਣ ਗਏ ਆਪਾਂ ਅੱਜ ਆਪਾਂ ਫਲਾਇਰ ਲਗਾਏ ਲੀਡ ਲਗਾਈ ਸਭ ਨੇ ਚਲਾਤਾ ਵੀ ਆਪ ਆਮ ਪਾਰਟੀ ਦੇ ਬੰਦੇ ਜੈਸਾ ਕੋਈ, ਲੇਕਿਨ ਇਹਨਾਂ ਨੂੰ ਇੱਕ ਗੱਲ ਸੀਗਾ ਵੀ ਉਹ ਡੋਪ ਟੈਸਟ ਹੋਣੇ ਚਾਹੀਦੇ ਨੇ। ਉਹ ਠੀਕ ਹੈ ਪਬਲਿਕ ਨੁਮਾਇੰਦੇ ਨੇ, ਉਹਨਾਂ ਨੂੰ ਵੇਖ ਕੇ ਸ਼ਾਇਦ ਲੋਕ ਵੀ ਡੋਪ ਟੈਸਟ ਕਰਾਉਣਗੇ ਹੋਣਾ ਚਾਹੀਦਾ, ਲੇਕਿਨ ਥੋੜ੍ਹਾ ਜਿਹਾ ਮੈਨੂੰ ਲੱਗਦਾ ਪਿਆ ਕਿ ਵੀ ਇਹ ਨਾ ਥੋੜ੍ਹੀ ਜਿਹੀ ਚੀਜ਼ ਨੂੰ ਆ ਕੇ ਜਿਹੜੀ ਵੀ ਉਹ ਨਸ਼ੇੜੀ ਹੈ ਉਹ ਨਸ਼ੇੜੀ ਹੈ ਪੋਲੀਟੀਕਲ ਪਾਰਟੀਆਂ ਸੰਜੀਦਾ ਨਹੀਂ ਦੇਖ ਰਹੇ ਨਹੀਂ, ਉਹਦੀ ਤੇ ਸੀਰੀਅਸਨੈਸ ਖਤਮ ਹੁੰਦੀ ਜਾ ਰਹੀ ਹੈ। ਖਤਮ ਹੋ ਗਈ, ਠੀਕ ਹੈ, ਕੁਲਦਾਸ ਸੰਧਵਾ, ਕੁਲਦਾਸ ਸੰਧਵਾ ਪਹਿਲ ਤੁਸੀਂ ਕੀਤੀ ਹੈ ਸੀਰੀਅਸਨੈਸ ਖਤਮ ਕਰਨ ਵਾਸਤੇ? ਦੇਖੋ ਜੀ, ਮੈਂ ਤਾਂ ਇੱਕ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਮੁਤਮਈਨ ਹੈ ਕਿ ਇਹ ਜਿਹੜਾ ਨਾ ਡੋਪ ਟੈਸਟ ਵਾਲਾ ਕੰਮ ਚਲਾਇਆ ਉਹ ਜਿਹੜਾ ਇੱਕ ਸਾਰਾ ਪੰਜਾਬ ਉੱਠ ਖੜਿਆ ਨਸ਼ਿਆਂ ਦੇ ਖਿਲਾਫ, ਹਰੇਕ ਘਰ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਔਰ ਹਰੇਕ ਬੰਦਾ ਚਾਹੇ ਉਹ ਪੱਤਰਕਾਰ ਹੈ, ਡਾਕਟਰ ਹੈ, ਵਕੀਲ ਹੈ, ਕਿਸਾਨ ਹੈ, ਕਿਤੇ ਵੀ ਬੈਠਾ, ਟੀਚਰ ਹੈ, ਸਟੂਡੈਂਟ ਹੈ, ਕੋਈ ਮਜ਼ਦੂਰ ਹੈ, ਰੇਹੜੀ ਵਾਲਾ, ਉਹਨੂੰ ਇਹ ਲੱਗਦਾ ਵੀ ਆ ਚਿੱਟਾ ਇਹ ਸਾਨੂੰ ਮਾਰ ਦੂਗਾ। ਔਰ ਕਈ ਮੈਨੂੰ ਐਡਿਕਟ ਵੀ ਮਿਲੇ ਆ ਜਿਹੜੇ ਕਹਿੰਦੇ ਸਾਨੂੰ ਬਚਾ ਲਓ, ਆਹ ਹਾਲਾਤ ਹੈ। ਮੈਂ ਫਿਰ ਮੈਂ ਜਦੋਂ ਮੈਨੂੰ ਐਡਿਕਟ ਨੇ ਇੱਕ ਨੇ ਕਿਹਾ ਕਹਿੰਦਾ ਜੀ ਮੈਨੂੰ ਬਚਾ ਲਓ, ਮੈਂ ਕਹਿੰਦਾ ਫਿਰ ਤੂੰ ਛੱਡਦਾ ਕਿਉਂ ਨਹੀਂ? ਕਹਿੰਦਾ ਭਾਅ ਜੀ ਤੋੜ ਇੰਨੀ ਬੁਰੀ ਲੱਗਦੀ ਆ ਅਤੇ ਗੁਆਂਢੋਂ ਮਿਲ ਜਾਂਦਾ। ਮੈਂ ਕਿਹਾ ਕਿੰਨੇ ਕੁ ਬੰਦੇ ਤੁਹਾਡੇ, ਪ੍ਰੇਮ ਨਗਰ ਦੀ ਗੱਲ ਕਰਦਾ ਮੈਂ, ਕੋਟਕਪੂਰੇ, ਨੋਟ ਕਰ ਲਿਓ ਤੁਸੀਂ,
ਇਹ ਸ਼ਗੂਫਾ ਹੈ, ਇਹ ਸਿਰਫ ਪਬਲਿਕ ਅਟੈਂਸ਼ਨ ਕਰਦੇ ਪਏ ਆ। ਬਿਲਕੁਲ ਸ਼ਗੂਫਾ ਨਹੀਂ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪਹਿਲ ਕਰਦੇ ਹਾਂ ਜੇ ਤੁਸੀਂ ਕਹਿੰਦੇ ਹੋ ਤਾਂ, ਤੇ ਗੱਲ ਉਹ ਤਾਂ ਖਤਮ ਕਰ ਲਈ ਉਹਨਾਂ ਨੇ ਕੀਤਾ। ਜੇ ਉਹਦਾ ਮਨਾ ਕਰਾਂਗੇ ਫਿਰ ਤਾਂ ਡਿਬੇਟ ਹੀ ਇਸ ਗੱਲ 'ਤੇ ਹੋ ਜੂਗੀ ਵੀ ਫਲਾਨਾ ਮਨਾ ਕਰ ਰਿਹਾ ਫਲਾਨਾ ਕਰ ਨਹੀਂ ਰਿਹਾ। ਇਹ ਤਾਂ ਇਹਨਾਂ ਦੇ ਸ਼ਗੂਫੇ ਨੂੰ ਡਿਫਿਊਜ਼ ਕਰਨ ਲਈ ਸਾਡੇ ਬੰਦਿਆਂ ਨੇ ਕੀਤਾ, ਔਰ ਮੈਂ ਵੀ ਜਾਊਂਗਾ, ਮੈਂ ਵੀ ਕਰੂੰਗਾ, ਔਰ ਸਾਰਿਆਂ ਨੂੰ ਕਰਨਾ ਚਾਹੀਦਾ। ਅਸਲ 'ਚ ਗੱਲ ਇਹ ਹੈ, ਜਿਹੜੀ ਇੱਕ ਬਾਜਵਾ ਜੀ ਨੇ ਇੱਕ ਗੱਲ ਬੜੀ ਵਧੀਆ ਕਹੀ ਹੈ ਕਿ ਜਿਹੜੇ ਅਫਸਰ ਪੋਲੀਟੀਕਲੀ ਲਾਏ ਜਾਂਦੇ ਆ, ਯਾਰ ਅਫਸਰਾਂ ਨੇ ਤਾਂ ਪੋਲੀਟੀਕਲੀ ਲੱਗਣਾ, ਉਹ ਤਾਂ ਲੱਗਣਗੇ, ਪਰ ਪੋਲੀਟੀਕਲ ਮਾਸਟਰਸ ਕਿੰਨੇ ਕੁ ਇਮਾਨਦਾਰ ਨੇ ਉੱਥੋਂ ਪਤਾ ਲੱਗਣਾ ਕੀ ਹੋਣਾ। ਜਿਹੜਾ DGP ਸਾਹਿਬ ਨੇ, DGP ਸਾਹਿਬ ਹੁਣ ਤੱਕ ਰਾਜਜੀਤ ਨੂੰ ਪ੍ਰੋਟੈਕਟ ਹੀ ਕਰਦੇ ਆਏ ਆ, ਅੱਡੀਆਂ ਚੱਕ ਕੇ ਪ੍ਰੋਟੈਕਟ ਕੀਤਾ ਲਾਸਟ ਕੈਬਨਿਟ ਮੀਟਿੰਗ ਦੇ ਵਿੱਚ, ਮਤਲਬ ਅੱਡੀਆਂ ਚੱਕ ਕੇ ਪ੍ਰੋਟੈਕਟ ਕੀਤਾ। ਸੋ ਇਹ ਲੱਗਦਾ ਵੀ ਪੁਰਾਣਾ ਜਿਹੜਾ ਪਿਛਲੀ ਸਰਕਾਰ ਵਾਲਾ ਤਾਣਾ ਬਾਣਾ ਨਾ, ਉਹ ਮਹਾਰਾਜਾ ਸਾਹਿਬ ਆਨਰੇਬਲ ਕੈਪਟਨ ਅਮਰਿੰਦਰ ਸਿੰਘ ਹਜੇ ਤੱਕ ਤੋੜ ਨਹੀਂ ਸਕੇ, ਉਹ ਉਹੀ ਚੱਲ ਰਿਹਾ। ਤੇ ਜੇ ਉਹੀ ਚੱਲੇਗਾ ਤੇ ਫਿਰ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਨਹੀਂ ਹੋਣੇ, ਨਹੀਂ ਹੋਣੇ, ਨਹੀਂ ਹੋਣੇ। ਮਾਲਵਾ ਸਿੰਘ ਕੰਗ, ਸੁਬ੍ਰਮਣਿਅਮ ਸਵਾਮੀ ਹਰਾ ਨੇ ਜਿਹੜਾ ਬਿਆਨ ਦਿੱਤਾ ਹੈਗਾ ਕਿ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਾਇਆ ਜਾਵੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਹ ਗੱਲ ਕਹਿ ਰਹੇ ਹੈਗੇ, ਉਸ ਨਾਲ ਪੰਜਾਬ ਦਾ ਮਸਲਾ ਹੱਲ ਹੋ ਜਾਏਗਾ? ਦੇਖੋ, ਇਹਦੀ ਬੈਕਗਰਾਊਂਡ ਜਾਣਾ ਪੈਣਾ। KP ਜੀ, ਅੱਜ ਤੋਂ 4-5 ਸਾਲ ਪਹਿਲਾਂ ਰਾਹੁਲ ਜੀ ਨੇ ਆ ਕੇ ਪੰਜਾਬ 'ਚ ਕਹਿ ਤਾ ਸੀ ਵੀ 70% ਪੰਜਾਬੀ ਜਿਹੜੇ ਆ ਉਹ ਨਸ਼ੇੜੀ ਆ। ਉਦੋਂ ਕਿਤੇ ਨਾ ਕਿਤੇ ਲੱਗਦਾ ਸੀ ਵੀ ਇਹ ਰਾਜਨੀਤਿਕ ਬਿਆਨ ਹੈ, ਔਰ ਪੰਜਾਬ ਨੂੰ ਡੀਮੋਰਲਾਈਜ਼ ਔਰ ਬਦਨਾਮ ਕਰਨ ਦਾ ਇੱਕ ਸਗੂਫਾ ਛੱਡਿਆ ਸੀ ਉਹਨਾਂ ਨੇ। ਅਤੇ ਅੱਜ ਕੈਪਟਨ ਸਾਹਿਬ ਨੇ, ਮੈਂ ਸੰਧਵਾ ਸਾਹਿਬ ਦੀ ਇੱਕ ਗੱਲ ਤੋਂ ਬੜਾ ਸਹਿਮਤ ਹੈ, ਅੱਜ ਸਮਾਜਿਕ ਇੱਕ ਮਾਹੌਲ ਬਣਿਆ, ਇੱਕ ਮੂਵਮੈਂਟ ਬਣੀ, ਸਾਰੇ ਲੋਕ, ਚਾਹੇ ਸਿਵਲ ਸੁਸਾਇਟੀ ਹੋਵੇ, ਰਾਜਨੀਤਿਕ ਦਲ ਹੈ, ਇਸ ਮੁੱਦੇ 'ਤੇ ਸਾਰੇ ਏਕਮਤ ਹੋਏ, ਇੱਕ ਪੰਜਾਬ 'ਚ ਅੰਦੋਲਨ ਛਿੜਿਆ। ਅਤੇ ਕੈਪਟਨ ਸਾਹਿਬ ਸਰਕਾਰ ਥੋੜ੍ਹੀ ਮੈਨੂੰ, ਮੈਂ ਕਹਿੰਦਾ ਵੀ ਜਾਗੀ, ਪਹਿਲਾਂ ਤਾਂ ਸੁੱਤੀ ਪਈ ਸੀ 1.5 ਸਾਲ ਤੋਂ, ਲੇਕਿਨ ਆਹ ਜਿਹੜਾ ਚੱਲ ਪਿਆ ਹੈ ਕੰਮ ਵੀ ਤੁਸੀਂ ਡੋਪ ਟੈਸਟ ਕਰਾ ਲਓ ਜੀ, ਤੁਸੀਂ ਕਰਾ ਲਓ, ਮੈਨੂੰ ਲੱਗਦਾ ਜਿਹੜਾ ਸੰਜੀਦਾ ਮੁੱਦਾ ਹੈ, ਸੀਰੀਅਸ ਮੁੱਦਾ, ਉਹ ਤੋਂ ਭਟਕਾਉਣ ਦਾ। ਤੁਸੀਂ ਸੁਬ੍ਰਮਣਿਅਮ ਸਵਾਮੀ ਦੇ ਬਿਆਨ ਨਾਲ ਇਤਫਾਕ ਨਹੀਂ ਰੱਖਦੇ? ਮੈਂ ਸਿਰਫ ਕੋ ਬਾਦਲ ਦੇ ਬਿਆਨ ਦੇ ਨਾਲ ਇਤਫਾਕ ਨਹੀਂ ਰੱਖਦੇ? ਮੈਂ ਸੁਬ੍ਰਮਣਿਅਮ ਸਵਾਮੀ ਦੇ ਬਿਆਨ ਨਾਲ ਇਤਫਾਕ ਰੱਖਦਾ। ਉਹਨਾਂ ਨੂੰ ਕਿਸੇ ਨੇ ਕਿਹਾ ਵੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ, ਤੇ ਇਹਤੇ ਇਹ 'ਚ ਹਰਜ ਵੀ ਕੀ ਆ? ਜੋ ਕੈਪਟਨ ਸਾਹਿਬ ਕਹਿ ਰਿਹਾ ਮੈਂ ਡੋਪ ਟੈਸਟ ਕਰਨ ਨੂੰ ਤਿਆਰ ਹੈ, ਉਹ ਜਿਹਨੇ ਸਭ ਤੋਂ ਪਹਿਲਾਂ ਪੰਜਾਬੀਆਂ 'ਤੇ ਰੋਕ ਲਾਇਆ ਜੇ ਉਹ ਵੀ ਡੋਪ ਟੈਸਟ ਕਰਨ ਨੂੰ ਤਿਆਰ ਹੋ ਜੇ, ਹਰਜ ਵੀ ਕੀ ਆ? ਔਰ ਰਾਹੁਲ ਗਾਂਧੀ ਤਾਂ ਜਾਣੇ ਵੀ ਜਾਂਦੇ ਊਲ ਜਲੂਲ, ਕਈ ਵਾਰ ਉਹਨਾਂ ਨੇ ਬਿਆਨ ਦਿੱਤੇ ਆ। ਸੁਬ੍ਰਮਣਿਅਮ ਸਵਾਮੀ ਬੜੇ ਪੜ੍ਹੇ ਲਿਖੇ ਆਦਮੀ ਹੈ, ਇੰਟਲੈਕਚੁਅਲ ਆਦਮੀ ਹੈ, ਕਈ ਬੜੇ ਕਾਨੂੰਨ ਤੁਹਾਡੇ ਆਉਣ ਤੋਂ ਪਹਿਲਾਂ ਤਾਂ ਕੋਈ ਹੋਰ ਹੀ ਕਹਿ ਰਹੇ ਸੀ ਉਹਨਾਂ ਨੂੰ, ਤੁਹਾਡੇ ਆਉਣ ਤੋਂ ਪਹਿਲਾਂ ਮੈਂ ਤਾਂ ਸ਼ਬਦ ਵੀ ਨਹੀਂ ਵਰਤ ਸਕਦਾ ਜਿਹੜਾ ਕੁਛ ਇਹ ਬੋਲ ਰਹੇ ਸੀ। ਸਾਹਿਬ ਬਾਰੇ ਉਹਨਾਂ ਨੇ ਬੋਲਿਆ, ਉਹ ਵੀ ਸਹੀ ਆ। ਨਹੀਂ ਦੇਖੋ, ਉਹਨਾਂ ਨੇ ਆਪਣੀ ਉਹਦੇ ਬਾਰੇ ਵੀ ਦੱਸ ਦਿਓ ਮਾੜਾ ਜਿਹਾ, ਜੋ ਜੇਟਲੀ ਸਾਹਿਬ ਬਾਰੇ ਜਾਂ ਜੋ ਸੁਸ਼ਮਾ ਸਵਰਾਜ ਬਾਰੇ ਬੋਲ ਰਹੇ ਆ ਉਹ ਸਹੀ ਆ? ਜੇ ਉਹ ਦੇਖੋ ਸੂਝਵਾਨਾਂ ਤੇ 1980-90 ਦੇ ਦਹਾਕੇ 'ਚ ਵੀ ਨਾ ਪੰਜਾਬ ਦੇ ਨੌਜਵਾਨਾਂ ਨੂੰ ਆਤੰਕਵਾਦ ਦੇ ਨਾਂ ਤੇ ਬੇਗੁਨਾਹਾਂ ਨੂੰ ਵੀ, ਹਜ਼ਾਰਾਂ ਨੂੰ ਮਾਰਿਆ ਗਿਆ, ਔਰ ਕਾਂਗਰਸ ਦੀ ਸਾਜ਼ਿਸ਼ ਸੀ, ਉਹ ਤੇ ਵੀ ਸੁਬ੍ਰਮਣਿਅਮ ਸਵਾਮੀ ਨੇ ਬੜੇ ਸਵਾਲ ਉਠਾਏ ਆ। ਅੱਜ ਉਹੀ ਪੁਲਿਸ ਔਰ ਛੋਟੇ ਲੈਵਲ, ਮੈਂ ਇਹ ਨਹੀਂ ਕਹਿੰਦਾ ਵੀ ਇਹ 'ਚ ਬਹੁਤ ਵੱਡੇ ਲੀਡਰ ਸ਼ਾਮਿਲ ਹੈ ਕਿ ਨਹੀਂ, ਇੰਨਾ ਮੈਂ ਕਲੀਨ ਚਿੱਟ ਦਿੰਦਾ ਤੇ ਨਾ ਮੈਂ ਗੁਨਾਹਗਾਰ ਕਹਿੰਦਾ, ਪਰ ਨੈਕਸਸ ਬਹੁਤ ਵੱਡਾ। ਨਹੀਂ ਕੋਈ ਨੇਤਾ ਨਸ਼ੇੜੀ ਹੈਗਾ? ਨੇਤਾ ਨਸ਼ੇੜਾ ਡੋਪ ਟੈਸਟ ਕਰਾਉਣਾ ਚਾਹੀਦਾ? ਕੀ ਅਰਜ ਹੈ? ਸਾਹਮਣੇ ਆਜੂਗਾ ਮੇਰੀ ਗੱਲ ਸੁਣ ਲਓ, ਤੁਸੀਂ ਪੜ੍ਹੇ ਲਿਖੇ ਹੋ, ਪੰਜਾਬ ਯੂਨੀਵਰਸਿਟੀ ਵਿੱਚ ਹੀ ਬਿਆਨ ਹੋਏ ਸੀਗੇ ਸਭ ਤੋਂ ਪਹਿਲਾਂ ਇਹ। ਮੇਰੀ ਗੱਲ ਸੁਣੋ, ਮੈਨੂੰ ਕਹੋ ਡੋਪ ਟੈਸਟ ਦੇ ਨਾਲ ਨੇਤਾ ਜੀ ਨਸ਼ੇੜੀ ਦਾ ਪਤਾ ਲੱਗ ਜੂਗਾ? ਉਹ ਤੇ ਮੈਂ ਪਹਿਲੀ ਕਿਹਾ ਵੀ ਇਹ ਮੁੱਦੇ ਤੋਂ ਭਟਕਾਉਣ ਦੀਆਂ ਗੱਲਾਂ, ਤੁਸੀਂ ਸਪੋਰਟਸ ਪਰਸਨ ਵੀ ਰਹੇ ਹੋ ਨਾਲ, ਤੁਹਾਨੂੰ ਪਤਾ ਹੈ ਵੀ ਡੋਪ ਟੈਸਟ ਦੇ ਨਾਲ ਨੇਤਾ ਜੀ ਨਸ਼ੇੜੀ ਦਾ ਮਸਲਾ ਹੱਲ ਹੋ ਜੂਗਾ? ਮੈਂ ਕਹਿੰਦਾ ਵੀ ਇਹ ਤੇ ਮੁੱਦੇ ਤੋਂ ਭਟਕਾਉਣ ਦੀਆਂ ਗੱਲਾਂ, ਡੋਪ ਟੈਸਟ ਨਾਲ ਕਿਸ ਤਰ੍ਹਾਂ ਮੁੱਦੇ ਦਾ ਹੱਲ ਹੋ ਜੂ? ਮੁੱਦਾ ਤੇ ਬੜਾ ਸੰਜੀਦਾ ਬਣਿਆ ਹੋਇਆ ਸੀ, ਉਹ ਮਾਹੌਲ ਬਣ ਗਿਆ ਸੀ, ਲੋਕ ਇਕੱਠੇ ਹੋ ਗਏ, ਲੋਕ ਖੜੇ ਹੋ ਗਏ ਆ। ਔਰ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ, ਜਿਹੜਾ ਵਾਰ ਵਾਰ ਕਹਿ ਦਿੰਦੇ ਪਿਛਲੀ ਸਰਕਾਰ ਜ਼ਿੰਮੇਵਾਰ ਹੈ, ਨਸ਼ਾ ਪਿਛਲੇ 25-30 ਸਾਲ ਤੋਂ ਪ੍ਰੋਬਲਮ ਹੈ। ਹਾਂ, ਕੁਛ ਕਮੀਆਂ ਸਾਡੇ 'ਚ ਰਹੀਆਂ, ਮੈਂ ਤਾਂ ਬੜੀ ਇਮਾਨਦਾਰੀ ਨਾਲ ਸਾਰੇ ਚੈਨਲਾਂ 'ਤੇ ਮੰਨਿਆ, ਲੇਕਿਨ ਪਿਛਲੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਖਤਮ ਕਰ ਦਾਂਗੇ, ਅੱਜ ਉਹ ਆਪ ਹੀ TV ਚੈਨਲਾਂ 'ਤੇ ਕਹਿਣ ਲੱਗ ਗਿਆ ਇਹੋ ਜਿਹੀ ਸਮਾਜ ਨੂੰ ਖੜਾਉਣਾ ਪੈਣਾ, ਸਰਕਾਰ ਕੁਛ ਨਹੀਂ ਕਰ ਸਕਦੀ। ਔਰ ਉਹਨਾਂ ਦੇ ਪੁਲਿਸ ਅਫਸਰ ਜਿੰਨਾ ਜਿਸ ਤਰ੍ਹਾਂ ਹੁਣ ਕਾਰਵਾਈਆਂ ਹੋਈਆਂ ਪਿਛਲੇ 1 ਹਫ਼ਤੇ 'ਚ ਹੋਈਆਂ, ਪਹਿਲਾਂ ਤਾਂ ਹੋਈਆਂ ਹੀ ਨਹੀਂ, ਔਰ ਉਹ ਨੈਕਸਸ ਬਣਿਆ ਹੋਇਆ, ਉਹ ਕੰਟੀਨਿਊ ਚੱਲ ਰਿਹਾ। ਵਰਿੰਦਰ ਢਿੱਲੋਂ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ। ਵਰਿੰਦਰ ਢਿੱਲੋਂ, ਤੁਹਾਨੂੰ ਤਾਂ ਇਹ ਦੱਸਣਾ ਚਾਹੀਦਾ ਸੀ, ਅਸੀਂ ਇੰਨੇ ਬੰਦੇ ਫੜ ਲਿਆ, ਇੰਨੇ ਅੰਦਰ ਕਰਤੇ ਆ, STF ਦੀ ਰਿਪੋਰਟ ਆਹ ਕਹਿੰਦੀ ਹੈ, STF ਦੇ ਜਿਹੜੇ ਚੀਫ ਹੈ ਕਿ ਉਹ ਆਹ ਕਹਿੰਦੇ ਆ, ਪੰਜਾਬ ਦੇ DGP ਆਹ ਕਹਿੰਦੇ ਆ, ਤੁਹਾਨੂੰ ਤਾਂ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਸੀਗੀਆਂ। ਤੁਹਾਡੇ ਤਾਂ ਉਲਟਾ ਸਵਾਲ ਉੱਠ ਖੜੇ ਹੋਏ ਆ ਕਿ ਤੁਸੀਂ ਇੱਕ ਨਵੀਂ ਚਰਚਾ ਛੇੜਤੀ ਆ ਵੀ ਆਪਸ 'ਚ ਲੜੋ ਅਤੇ ਨਸ਼ੇ ਦੇ ਮੁੱਦੇ ਨੂੰ ਛੱਡੋ। ਦੇਖੋ, ਸਰਕਾਰਾਂ ਦੇ ਉੱਤੇ ਸਵਾਲ ਖੜੇ ਹੋਣੇ ਹੀ ਆ, ਸਰਕਾਰਾਂ ਜਵਾਬ ਬਣਦਾ, ਸਰਕਾਰ ਜਵਾਬ ਦਿੰਦੀ ਆ। ਕੈਪਟਨ ਸਾਹਿਬ ਨੇ ਪਹਿਲਾਂ ਵੀ ਦੱਸਿਆ ਵੀ ਕਿੰਨਾ ਬੰਦੇ ਫੜੇ ਗਏ ਆ, ਕਿੰਨਾ ਡਰੱਗ ਫੜਿਆ ਗਿਆ ਵਾ, ਲੇਕਿਨ ਇੱਕ ਇਸ ਕਰਕੇ ਪਬਲਿਕ ਡਿਸਕੋਰਸ 'ਚ ਇਹ ਗੱਲਾਂ ਆਉਣਗੀਆਂ ਤੇ ਜਵਾਬ ਨੂੰ ਸਰਕਾਰ ਵੀ ਤਿਆਰ ਆ, ਨਾ ਤਾਂ ਇਲਜ਼ਾਮਾਂ ਤੋਂ ਸਰਕਾਰ ਘਬਰਾ ਰਹੀ ਆ, ਨਾ ਜਵਾਬ ਦੇਣ ਤੋਂ, ਔਰ ਨਾ ਹੀ ਨਸ਼ਿਆਂ ਦੇ ਖਿਲਾਫ਼। ਵੱਡੀ ਮੱਛੀ
ਆਪਣਾ ਉਹਦੀ ਪੋਲੀਟੀਕਲ ਪੋਸਟਿੰਗ ਦੇ ਉੱਤੇ ਅੱਜ ਦੇਖੋ ਅਗਰ ਤੁਸੀਂ ਅਗਰ ਤਾਂ ਇਹਦਾ ਸੋਲੂਸ਼ਨ ਦੀ ਆਪਾਂ ਗੱਲ ਕਰਨਾ ਚਾਹੁੰਦੇ ਨਾ ਇੱਥੇ ਬੈਠੇ ਹਾਂ ਤੇ ਕੀ ਮੈਨੂੰ ਇੱਕ ਗੱਲ ਮੈਂ ਸਾਰਿਆਂ ਤੋਂ ਪੈਨਲਿਸਟ ਤੋਂ ਮੈਂ ਵੀ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਸਾਰੇ ਕੀ ਇਕੱਲਾ ਸਰਕਾਰ ਇਸ ਚੀਜ਼ ਦਾ ਹੱਲ ਆ ਇਹਨਾਂ ਨੇ ਕੰਗ ਸਾਹਿਬ ਨੇ ਵੀ ਹੁਣੇ ਕਹਿਤਾ ਵੀ ਸਮਾਜ ਖੜਾ ਹੋ ਜਾਏ ਇਹ ਸੁਸਾਇਟੀ ਦੀ ਪ੍ਰੋਬਲਮ ਆ ਮੇਰੀ ਗੱਲ ਸੁਣੋ ਕਰਪਸ਼ਨ ਇੱਕ ਵੱਡੀ ਕਰਪਸ਼ਨ ਇੱਕ ਵੱਡੀ ਪ੍ਰੋਬਲਮ ਆ ਠੀਕ ਆ ਕਰਪਸ਼ਨ ਇੱਕ ਵੱਡੀ ਪ੍ਰੋਬਲਮ ਆ ਅੱਜ ਦੇ ਸਮੇਂ 'ਚ ਐਕਸੀਡੈਂਟਲ ਡੈਥਸ ਵੀ ਸ਼ਾਇਦ ਡਰੱਗਸ ਤੋਂ ਜ਼ਿਆਦਾ ਹੁੰਦੀਆਂ ਲੇਕਿਨ ਉਹ ਮੁੱਦਾ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਅੱਜ ਇੱਕ ਨੌਜਵਾਨ ਮੁੰਡੇ ਮਰ ਰਹੇ ਆ ਔਰ ਅਗਰ ਤੁਸੀਂ ਸੋਚੋਗੇ ਵੀ ਅਗਰ ਤੁਸੀਂ ਇਸ ਗੱਲ ਨੂੰ ਕਹੋਗੇ ਨਾ ਵੀ ਇਕੱਲੀ ਸਰਕਾਰ ਇਸ ਚੀਜ਼ ਦਾ ਸੋਲੂਸ਼ਨ ਕੱਢ ਦੂਗੀ ਤੇ ਮੈਂ ਕਹਿੰਦਾ ਫਿਰ ਅਮਰੀਕਾ ਦੇ ਵਿੱਚ ਸਭ ਤੋਂ ਐਡਵਾਂਸ ਸਰਕਾਰਾਂ ਐਡਵਾਂਸ ਸਕੀਮਾਂ ਅੱਜ ਦੇ ਸਮੇਂ 'ਚ ਵੀ 20 ਤੋਂ 22,000 ਨੌਜਵਾਨ ਉੱਥੇ ਮਰ ਰਿਹਾ ਇਹ ਆਪਣੇ ਕੋਲ ਤਾਂ ਫਿਰ ਡਾਟਾ ਹੈ ਨਹੀਂ ਇਸ ਚੀਜ਼ ਦਾ ਅਗੇ ਇਹ ਉਦੋਂ ਹੀ ਤੁਸੀਂ ਯਾਨੀ ਕਿ ਪੰਜਾਬ ਨੂੰ ਅਮਰੀਕਾ ਬਣਾਉਣ ਲੱਗੇ ਨਹੀਂ ਨਹੀਂ ਤੁਸੀਂ ਫਿਰ ਇਸ ਤੁਸੀਂ ਅਗਰ ਤਾਂ ਮੇਰੀ ਗੱਲਾਂ 'ਚੋਂ ਸਿਰਫ ਅਗਰ ਕਾਊਂਟਰ ਕੱਢ ਕੇ ਬਸ ਇੱਕ ਗੱਲ ਨੂੰ ਤੇ ਫਿਰ ਤੁਸੀਂ ਇਹ ਕਹੋ ਨਾ ਨੀਦਰਲੈਂਡ ਬਣਾਉਣਾ ਸੀ ਨਹੀਂ ਨਹੀਂ ਫਿਰ ਤੁਸੀਂ ਗੱਲ ਨੂੰ ਮੇਰਾ ਜੋ ਜਿਸ ਚੀਜ਼ ਦਾ ਮੇਰਾ ਕੰਪੈਰੀਜ਼ਨ ਸੀ ਮੇਰੀ ਤੁਸੀਂ ਇਹ ਕੰਪੈਰੀਜ਼ਨ ਨਾ ਕਰੋ ਮੈਂ ਕਹ ਰਿਹਾ ਵੀ ਸਰਕਾਰ ਚੰਗੇ ਵਾਲਾ ਕਰੀਦਾ ਹੁੰਦਾ ਚੰਗਾ ਕੰਪੈਰੀਜ਼ਨ ਕਰੋ ਤੁਸੀਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਸੋਸਾਇਟੀ ਨੂੰ ਇਹਨਾਂ ਦੀ ਗੱਲਾਂ ਦੇ ਜਵਾਬ ਵੀ ਅਗਰ ਤੁਸੀਂ ਕਹੋ ਨਾ ਵੀ ਹਾਂ ਸੋਸਾਇਟੀ ਉੱਠ ਖੜੀ ਆ ਅੱਜ ਡੋਪ ਟੈਸਟ ਇਸ ਕਰਕੇ ਨਹੀਂ ਕਿਹਾ ਵੀ ਇਹ ਸੋਲੂਸ਼ਨ ਦੇਤਾ ਸੀ ਡਰੱਗਸ ਦਾ ਅਸੀਂ ਇੱਕ ਸਿੰਬੋਲਿਕਲੀ ਇਹ ਕਿਹਾ ਵੀ ਲੀਡਰ ਜਿਹੜੇ ਆ ਜੋ ਕਿ ਪਿਛਲੀ 10 ਸਾਲਾਂ ਦੀ ਕਦੀ ਸਰਕਾਰ 'ਚ ਕਦੀ ਗੱਲ ਸੁਣੀ ਸੀ ਤੁਸੀਂ ਵੀ ਸਿਰਫ ਇੰਨਾ ਜਵਾਬ ਆ ਬ੍ਰੇਕ ਤੋਂ ਬਾਅਦ ਵਾਪਸ ਆਊਗਾ ਡੋਪ ਟੈਸਟ ਕੀ ਸਮੱਸਿਆ ਦਾ ਹੱਲ ਹੈਗਾ ਸਵਾਲ ਇਹ ਹੈਗਾ ਕਿਉਂਕਿ ਡੋਪ ਟੈਸਟ ਆ ਜਿਹੜਾ ਉਹ ਕਿਵੇਂ ਸੰਪੂਰਨ ਹੋਣਗੇ ਡੋਪ ਟੈਸਟ ਹੋਣਗੇ ਕਿੱਥੇ ਲੈਬ ਕਿਹੜੀਆਂ ਹੈਗੀਆਂ ਜਿਹੜੇ ਡੋਪ ਟੈਸਟ ਕਰਨਗੀਆਂ ਕਿਹੜੇ ਆ ਜਿਹੜੇ ਨੁਮਾਇੰਦੇ ਆ ਡਾਕਟਰੀ ਨੁਮਾਇੰਦੇ ਹੈਗੇ ਜਿਹੜੇ ਡੋਪ ਟੈਸਟ ਨੂੰ ਅੰਜਾਮ ਤੱਕ ਲੈ ਕੇ ਜਾਣਗੇ ਕਿ ਡੋਪ ਟੈਸਟ ਨਾਲ ਸਾਰੀ ਸਮੱਸਿਆ ਦਾ ਹੱਲ ਹੋ ਜਾਵੇਗਾ ਸਵਾਲ ਬਹੁਤ ਸਾਰੇ ਹੈਗੇ ਆ ਕਿਉਂਕਿ ਸਵਾਲ ਇਹ ਹੈਗਾ ਕਿ ਨਸ਼ੇ ਦੇ ਸੁਦਾਗਰ ਜੇ ਨਸ਼ੇ ਦੀ ਸਪਲਾਈ ਚੇਨ ਤੋੜੀ ਜਾਵੇਗੀ ਉਹਨਾਂ ਨੂੰ ਅੱਗੇ ਰੱਖਿਆ ਜਾਵੇਗਾ ਫਿਰ ਇਹ ਨਸ਼ੇ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਇਸੇ ਕਰਕੇ ਅਸੀਂ ਸਵਾਲ ਪੁੱਛ ਰਹੇ ਹਾਂ ਕਿ ਕਿਤੇ ਪਰਦਾ ਤਾਂ ਨਹੀਂ ਪਾਇਆ ਜਾ ਰਿਹਾ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਡੋਪ ਟੈਸਟ ਦੇ ਫਰਜ਼ੇ ਨਾਲ ਅਸਲੀ ਗੁਨੇਗਾਰਾਂ ਨੂੰ ਬਚਾਇਆ ਜਾ ਰਿਹਾ ਡੋਪ ਟੈਸਟ 'ਤੇ ਸਿਰਫ ਸਿਆਸਤ ਹੋ ਰਹੀ ਆ ਸੁਖਬੀਰ ਬਾਜਵਾ ਡੋਪ ਟੈਸਟ ਜੇ ਕਰਨਾ ਵੀ ਸ਼ੁਰੂ ਕੀਤਾ ਜਾਵੇ ਬਹੁਤ ਇੱਕ ਤਾਂ ਲੰਬਾ ਖਰਚਾ ਇਹਨਾਂ 'ਤੇ ਬੜੇ ਕਰੋੜਾਂ ਰੁਪਏ ਖਰਚ ਹੋਣੇ ਆ ਫਿਰ ਸਾਡੇ ਕੋਲ ਉਨੇ ਸਾਧਨ ਕਿੰਨੇ ਹੈਗੇ ਸਵਾਲ ਬਹੁਤ ਸਾਰੇ ਹੈਗੇ ਸੁਖਬੀਰ ਬਾਜਵਾ ਇਹ ਕਿੰਨਾ ਵੱਡਾ ਪ੍ਰੋਸੀਜਰ ਹੈਗਾ ਕਿ ਇਸ ਬਾਰੇ ਸਰਕਾਰ ਦੇ ਕੋਲ ਬਲਿਊ ਪ੍ਰਿੰਟ ਤਿਆਰ ਸੀ ਸਾਰਾ ਜਾਂ ਸਰਕਾਰ ਨੇ ਇੱਕੋਦਮ ਕਹਿਤਾ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸਰਕਾਰ 'ਤੇ ਦੇਖੋ ਜਿਹੜੀ ਇੱਕਦਮ ਗੱਲ ਨਿਕਲੀ ਆ ਆਫ ਕੈਬਨਿਟ ਮੀਟਿੰਗ ਤੋਂ ਬਾਅਦ ਜਦੋਂ ਸਟਾਰਟ ਹੋਇਆ ਸਾਰਾ ਇਹ ਲੱਗਦਾ ਕਿ ਵੀ ਕਿਤੇ ਪੋਲੀਟੀਕਲੀ ਪ੍ਰੈਸ਼ਰ ਜਿਹੜਾ ਇੰਨਾ ਪਿਆ ਇੱਧਰ ਉੱਧਰੋਂ ਆ ਕੇ ਓਪੋਜੀਸ਼ਨ ਨੇ ਵੀ ਰੌਲਾ ਪਾਤਾ ਐਨ ਜੀ ਓਜ਼ ਵੀ ਸਾਹਮਣੇ ਆ ਗਈਆਂ ਕਾਫੀ ਲੋਕ ਸੀ ਆ ਕੇ ਔਰ ਉਹਨਾਂ ਨੇ ਸਾਰਿਆਂ ਨੇ ਮੈਨੂੰ ਲੱਗਦਾ ਕਿ ਜਲਦਬਾਜ਼ੀ ਕੀਤੀ ਚਲੋ ਕਿ ਸਟੇਟਮੈਂਟ ਦਿੱਤੀ ਠੀਕ ਹੈ ਲੇਕਿਨ ਗੱਲ ਆ ਉਸ ਸੋਲਿਊਸ਼ਨ ਜਿਹੜਾ ਹੈ ਅਸਲ 'ਚ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਇਹ ਪ੍ਰੋਗਰੈਸਿਵ ਡਿਜ਼ੀਜ਼ ਹੈ ਜਦੋਂ ਇੱਕ ਤੋਂ ਬਾਅਦ ਵਧੀ ਇੱਕ ਹੈਗੀ ਹੈ ਪ੍ਰੋਗਰੈਸਿਵ ਡਿਜ਼ੀਜ਼ ਹੈ ਕੈਮੀਕਲ ਇੰਬੈਲੈਂਸ ਹੁੰਦਾ ਬ੍ਰੇਨ ਦਾ ਬੜਾ ਕੁਛ ਹੈ ਸਾਈਕੋਲੋਜਿਸਟ ਡਾਕਟਰ ਦੇ ਮੈਡੀਸਨ ਦਾ ਇਹ ਇੱਕ ਪੂਰਾ ਟੀਮ ਹੋਣੀ ਚਾਹੀਦੀ ਸੀ ਆ ਕੇ ਇਹਨਾਂ ਨੂੰ ਤਾਂ ਕਿ ਇੱਕ ਸਪੈਸ਼ਲ ਜਿਵੇਂ ਹੁਣ ਸੈਂਟਰ ਬਣਾ ਰਹੇ ਹਾਂ ਉਹ ਇਹ ਵੀ ਬੜੀ ਚਲੋ ਅੱਛੀ ਦੇਖੋ ਬੜੀ ਇੱਕ ਅੱਛੀ ਗੱਲ ਇਹ ਹੈ ਕਿ ਇਨੀਸ਼ੀਏਟਿਵ ਲਿਆ ਵੀ ਕਰ ਰਿਹਾ ਲੇਕਿਨ ਇਹ ਵੀ ਗੱਲ ਮਾੜੀ ਹੈ ਕਿ ਲੜਕੀਆਂ ਵਾਸਤੇ ਉਹਨੂੰ ਕਰਨਾ ਪੈ ਰਿਹਾ ਘੱਟੋ ਘੱਟ ਕੌਂਸਲਿੰਗ ਦੇਖੋ ਜੀ ਬਹੁਤ ਵੱਡੀ ਗੱਲ ਹੈ ਤੁਸੀਂ ਅਗਰ ਅਲਕੋਹਲਿਕ ਅਨੋਨੀਮਸ ਹੋਵੇ ਜਾਂ ਨਾਰਕੋਟਿਕਸ ਅਨੋਨੀਮਸ ਵਾਲਿਆਂ ਨੂੰ ਤੁਸੀਂ ਕਦੀ ਬਹਿ ਕੇ ਉਹਨਾਂ ਨੂੰ ਵੀ ਕਦੀ ਬੁਲਾਓ ਆ ਕੇ ਜਿਹੜੇ ਆ ਬਾਈ ਜੀ ਆਪਣੇ ਬੈਠੇ ਨੇ ਯੂਨੀਵਰਸਿਟੀਆਂ 'ਚੋਂ ਆਏ ਹਾਂ ਅਸੀਂ ਵੀ ਰੂਮਾਂ 'ਚ ਰਹੇ ਹਾਂ ਸਾਨੂੰ ਪਤਾ ਹਾਲਾਤ ਕੀ ਹੁੰਦੇ ਆ ਕਿਵੇਂ ਬੰਦੇ ਕੁਝ ਤਾਂ ਪੜ੍ਹ ਜਾਂਦੇ ਨੇ ਕੁਝ ਲਿਟ ਜਾਂਦੇ ਨੇ ਕੁਝ ਨਸ਼ੇ 'ਚ ਲੱਗ ਜਾਂਦੇ ਨੇ ਪੈਂਦਾ ਸਵਾਦ ਸਿਸਟਮ 'ਚ ਸਾਰਾ ਕੇ ਲੇਕਿਨ ਜਿਹੜੇ ਪੰਜਾਬੀ ਕਲਚਰ ਦੇ ਵਿੱਚ ਚੀਜ਼ ਆ ਗਈ ਹੁਣ ਆਪਾਂ ਇਹ ਗੱਲ ਕਹਿਣ ਲੱਗ ਗਏ ਆ ਜਿਹੜੀ ਅਫੀਮ ਅਤੇ ਭੁੱਕੀ ਟ੍ਰੈਡੀਸ਼ਨਲ ਨਸ਼ਾ ਹੈ ਉਹ ਕਿਉਂ ਕਹਿਣ ਕਿਉਂਕਿ ਇੱਕ ਉਹ ਕੈਮੀਕਲ ਡਰੱਗਸ 'ਚ ਨਹੀਂ ਮੰਨਦੇ ਉਹ ਕਹਿੰਦੇ ਤੁਸੀਂ ਹੈਗਾ ਲੇਕਿਨ ਗੱਲ ਤਾਂ ਇਹ ਨਹੀਂ ਹੈ ਕਿ ਜਿਹੜੀ ਕੈਮੀਕਲ ਡਰੱਗਸ ਜਿਹੜਾ ਆਇਆ ਲੱਗਿਆ ਪਿੰਡਾਂ 'ਚ ਹੋਇਆ ਘੱਟੋ ਘੱਟ ਉਹਦੇ ਵਾਸਤੇ ਇੱਕ ਜਿਹੜੀ ਇਹਨਾਂ ਨੇ ਤਾਲਮੇਲ ਦੇਖੋ ਐਸ ਟੀ ਐਫ ਦਾ ਅਤੇ ਹੈਲਥ ਡਿਪਾਰਟਮੈਂਟ ਦਾ ਆਪਸੀ ਤਾਲਮੇਲ ਨਹੀਂ ਜੋ ਐਸ ਟੀ ਐਫ ਨੇ ਲਿਖ ਕੇ ਭੇਜਿਆ ਹੈਲਥ ਡਿਪਾਰਟਮੈਂਟ ਨੂੰ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਸੀਰੀਅਸ ਤੱਕ ਨਹੀਂ ਲਿਆ ਉਹਨਾਂ ਨੇ ਕਾਫੀ ਕੁਛ ਇਨਪੁੱਟਸ ਦਿੱਤੇ ਸੀਗੇ ਆ ਕੇ ਜੋ ਅਸੀਂ ਉਹਨਾਂ ਨੇ ਕਿਹਾ ਅਸੀਂ ਇੰਟਰੋਗੇਸ਼ਨ ਦੇ ਵਿੱਚ ਕੁਛ ਲੋਕ ਫੜੇ ਨੇ ਕੁਛ ਲੋਕ ਆਪਾਂ ਉਸ ਤਰ੍ਹਾਂ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਉਹ 'ਚ ਸਾਨੂੰ ਇਹ ਹੱਲ ਹੋਣਾ ਚਾਹੀਦਾ ਆ ਕੇ ਹੁਣ ਜਦੋਂ ਤੁਸੀਂ ਅੱਗੇ ਉਹਦਾ ਇਲਾਜ ਨਹੀਂ ਕਰਾਓਗੇ ਬੱਚੇ ਦਾ ਟ੍ਰੀਟਮੈਂਟ ਨਹੀਂ ਕਰਾਓਗੇ ਆ ਕੇ ਅਗਰ ਉਹ ਦੂਜੀ ਗੱਲ ਤਾਂ ਇਹ ਟ੍ਰੀਟਮੈਂਟ ਦੀ ਹੈ ਦੂਜੀ ਗੱਲ ਸਭ ਨੂੰ ਪਤਾ ਹੈ ਮੰਨ ਲਓ ਕਿ ਮੋਹਾਲੀ ਸੈਕਟਰ ਸਾਨੂੰ ਪਤਾ ਨਾਈਜੀਰੀਅਨ ਨੇ ਉਹ ਫਲਾਣੇ ਥਾਂ ਰਹਿੰਦੇ ਆ ਇਸ ਤਰ੍ਹਾਂ ਗੱਲ ਹੈਗਾ ਹੁਣ ਜਦੋਂ ਜਿਹੜੀ ਜੀ ਪਾਏ ਉਹ ਸਰਕਾਰ ਦਾ ਕੰਮ ਕਰ ਰਹੀ ਹੈ ਸਰਕਾਰੀ ਮਨਸ਼ਾ ਦੇ ਕੋਈ ਸਵਾਲ ਨਹੀਂ ਚੱਕ ਰਿਹਾ ਨਾ ਇੱਧਰੋਂ ਕਿਸੇ ਨੇ ਪੋਲੀਟੀਕਲ ਪਾਰਟੀ ਚੱਕਿਆ ਨਾ ਚੱਕ ਰਿਹਾ ਵੀ ਉਹ ਮਨਸ਼ਾ ਨਹੀਂ ਮਨਸ਼ਾ ਠੀਕ ਹੈ ਲੇਕਿਨ ਤਰੀਕਾ ਗਲਤ ਹੋ ਸਕਦਾ ਹੁਣ ਪੋਲੀਟੀਕਲ ਪਾਰਟੀ ਜਿਹੜੇ ਇਸ਼ੂ ਹੈ ਕਿ ਡੋਪ ਟੈਸਟ ਕਰਾ ਰਹੇ ਆਪਣੇ ਆਪ ਨੂੰ ਗੱਲ ਕੀ ਹੈ ਇੱਕ ਤਾਂ ਕਹਿਣਗੇ ਮੈਂ ਕਲੀਨ ਹਾਂ ਮੈਂ ਉਹ ਯਾਰ ਸਾਰਾ ਪੰਜਾਬ ਨੂੰ ਜਿਹੜਾ ਐਲੀਗੇਸ਼ਨ ਲੱਗ ਰਿਹਾ ਹੈਗਾ
ਇਹ ਵੀ ਕੱਲ੍ਹ ਸ਼ੁਰੂ ਹੋਏਗੀ ਕੱਲ੍ਹ ਨੂੰ ਆ ਕੇ। ਮੇਰੇ ਖਿਆਲ ਜਿਹੜਾ ਧੱਬਾ ਲੱਗਾ ਉਹ ਆਪਾਂ ਉਹਦਾ ਸਲਿਊਸ਼ਨ ਦੇਖੀਏ। ਸਾਰੀ ਪੋਲੀਟੀਕਲ ਪਾਰਟੀ ਬੈਠੀਆਂ ਨੇ, ਸੀ ਐੱਮ ਦੀ ਇੱਕ ਸਟੇਟਮੈਂਟ ਕੱਲ੍ਹ ਬਹੁਤ ਚੰਗੀ ਆਈ, ਉਹ ਕਹਿੰਦਾ ਵੀ ਜਿਹੜੀ ਆਲ ਪਾਰਟੀ ਮੀਟਿੰਗ ਜਿਹੜੀ ਹੈ ਉਹਦੇ ਵਾਸਤੇ ਸਾਰੇ ਜੋ ਸੰਸਥਾ ਆਉਣ ਇਕੱਠੀਆਂ ਹੋਣੀ ਚਾਹੀਦੀਆਂ, ਲੇਕਿਨ ਜ਼ਰੂਰਤ ਪੈਣ 'ਤੇ ਆਲ ਪਾਰਟੀ ਮੀਟਿੰਗ ਬੁਲਾਵਾਂਗੇ। ਔਰ ਇੱਧਰੋਂ ਵੀ ਜਿਹੜੀ ਗੱਲ ਚੱਲੀ ਸੀ ਅੱਗੇ ਅਕਾਲੀ ਦਲ ਨੇ ਵੀ ਗੱਲ ਕਹੀ ਹੈ ਕਿ ਆਲ ਪਾਰਟੀ ਮੀਟਿੰਗ ਬੁਲਾਓ, ਅਸੀਂ ਸਾਰੇ ਆਵਾਂਗੇ, ਮੈਂ ਬਤੌਰ ਪ੍ਰਧਾਨ ਉੱਥੇ ਪਹੁੰਚਾਂਗਾ। ਇਹ ਜੇ ਸਲਿਊਸ਼ਨ ਕੱਢਣਾ ਚਾਹੁੰਦੇ ਕੱਢ ਸਕਦੇ ਆ, ਲੇਕਿਨ ਥੋੜ੍ਹਾ ਟਾਈਮ ਲੱਗਦਾ। ਲੇਕਿਨ ਤੁਸੀਂ ਜਿਹੜਾ ਇਹ ਚਲਾਤਾ ਨਾ ਵੀ ਡੋਪ ਟੈਸਟ ਨੂੰ ਥੋੜ੍ਹਾ ਜਿਹਾ ਨੂੰ ਬਣਾ ਕੇ ਪੋਲੀਟੀਕਲ ਪਾਰਟੀਆਂ, ਐੱਮ ਐੱਲ ਏ, ਐੱਮ ਪੀ, ਮੰਤਰੀ, ਮੇਰੇ ਖਿਆਲ ਤਰੀਕਾ ਗਲਤ ਹੈ। ਆਪਣੀ ਪਬਲਿਸਿਟੀ ਲੈਣ ਵਾਸਤੇ ਉਹ ਇਹ ਹੋੜ ਜਿਹੜੀ ਚੱਲੀ ਹੈ ਨਾ, ਇਹ ਗਲਤ ਹੈ। ਪਬਲਿਸਿਟੀ ਸਟੰਟ ਹੋ ਰਿਹਾ ਸਾਰਾ, ਇਸੇ ਕਰਕੇ ਅਕਾਲੀ ਦਲ ਜਿਹੜਾ ਇਸ ਮੁੱਦੇ ਤੇ ਕੁਝ ਨਹੀਂ ਬੋਲਦਾ ਪਿਆ। ਦੇਖੋ, ਅਕਾਲੀ ਦਲ ਨੇ ਸਪਸ਼ਟ ਬੋਲਿਆ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਕਿ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਆ ਸੂਬੇ ਦੇ, ਉਹਨਾਂ ਨੂੰ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ। ਅਸੀਂ ਉਹਨਾਂ ਦੇ ਇਸ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣ ਨੂੰ ਤਿਆਰ ਹਾਂ, ਅਸੀਂ ਮੂਹਰੇ ਚੱਲਣ ਨੂੰ ਤਿਆਰ ਹੈ। ਅਕਾਲੀ ਦਲ ਨੇ ਇਹ ਗੱਲ ਕਹੀ ਹੈ, ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੇਰੇ ਭਰਾ ਵਰਿੰਦਰ ਸਿੰਘ ਢਿੱਲੋਂ ਨੇ ਬੜੀ ਵਧੀਆ ਸਪਸ਼ਟ ਗੱਲ ਕਰਤੀ ਕਿ ਪੰਜਾਬ 'ਚ ਅੱਜ ਬਹੁਤ ਵੱਡੀ ਕਰਪਸ਼ਨ ਹੈ, ਕਰਪਸ਼ਨ ਨਿਰੰਤਰ ਜਾਰੀ ਹੈ। ਉਹੀ ਕਾਰਨ ਹੈ ਕਿ ਕਰਪਸ਼ਨ ਦੇ ਕਰਕੇ ਹੀ ਆ ਜਿਹੜੇ ਨਸ਼ਿਆਂ ਨੂੰ ਠੱਲ ਨਹੀਂ ਪੈ ਰਹੀ, ਜੋ ਕਾਂਗਰਸ ਦੇ ਬੁਲਾਰੇ ਨੇ ਹੁਣੇ ਤੁਹਾਡੇ ਸਾਹਮਣੇ ਕਹੀ ਹੈ ਗੱਲ। ਠੀਕ ਹੈ, ਤੁਸੀਂ ਕਰਪਸ਼ਨ ਦਾ ਮੁੱਦਾ ਚੱਕ ਰਹੇ ਹੋ। ਕੁਲਤਾਰ ਸੰਧਵਾ, ਅਰਵਿੰਦ ਕੇਜਰੀਵਾਲ ਹਰੀ, ਮੈਂ ਇਹਨਾਂ ਦਾ ਸਵਾਲ ਵੀ ਲਊਂਗਾ ਰਾਹੁਲ ਗਾਂਧੀ ਦਾ ਵੀ। ਅਰਵਿੰਦ ਕੇਜਰੀਵਾਲ ਹਰੀ, ਜਦੋਂ ਇੱਥੇ ਖੁਦਕੁਸ਼ੀਆਂ ਹੋ ਰਹੀਆਂ ਸੀਗੀਆਂ, ਕਿਸਾਨ ਖੁਦਕੁਸ਼ੀਆਂ, ਉਦੋਂ ਅਰਵਿੰਦ ਕੇਜਰੀਵਾਲ ਹਰੀ ਇੱਥੇ ਚੱਕਰ ਮਾਰ ਰਹੇ ਸੀ ਪੰਜਾਬ 'ਚ। ਹੁਣ ਪੰਜਾਬ ਲਈ ਵਕਤ ਨਹੀਂ ਹੈਗਾ, ਨੌਜਵਾਨ ਪੰਜਾਬ ਦਾ ਮਰ ਰਿਹਾ। ਦੇਖੋ ਜੀ, ਉਹਨਾਂ ਨੂੰ ਬਿਲਕੁਲ ਪੰਜਾਬ ਲਈ ਸੰਜੀਦਾ, ਪਰ ਦਿੱਲੀ 'ਚ ਜਿਹੜੇ ਨਾ ਅਨਪ੍ਰੈਸੀਡੈਂਟਡ ਜਿਹੜਾ ਕੰਮ ਹੋ ਰਿਹਾ, ਕਿ ਕਦੇ ਇਹ ਨਹੀਂ ਹੋਇਆ ਸੀ ਪੰਜਾਬ 'ਚ ਚੋਣਾਂ ਨਹੀਂ ਹੈਗੀਆਂ। ਤੁਸੀਂ ਤਾਂ ਜਿਹੜੀਆਂ ਗੱਲਾਂ ਮਰਜ਼ੀ ਕਰ ਸਕਦੇ ਹੋ, ਬਿਲਕੁਲ ਚੋਣਾਂ ਤੋਂ ਪਹਿਲਾਂ ਜ਼ਿਆਦਾ ਬੰਦੇ ਦਾ ਇੰਟਰਸਟ ਹੁੰਦਾ, ਜਦੋਂ ਚੋਣਾਂ ਨਹੀਂ ਹੁੰਦਾ ਉਦੋਂ ਨਹੀਂ ਹੁੰਦਾ। ਪਰ ਜਿਹੜੀ ਅਰਵਿੰਦ ਕੇਜਰੀਵਾਲ ਦਾ, ਉਹ ਤਾਂ ਪੰਜਾਬ ਨੂੰ ਦੇਖ ਕੇ, ਕਿਉਂਕਿ ਜਾੜੀ ਪੰਜਾਬ ਨੇ ਲਾਈ ਆ, ਪੰਜਾਬ ਬਾਰੇ ਬਹੁਤ ਜ਼ਿਆਦਾ ਸੰਜੀਦਾ ਨੇ ਉਹ। ਪਰ ਜਿਹੜਾ ਕੁਛ ਉੱਥੇ ਹੋ ਰਿਹਾ, ਉੱਥੇ ਤਾਂ ਸਰਕਾਰ ਨੂੰ ਕਹਿੰਦੇ, ਸਰਕਾਰ ਨਹੀਂ ਉਹ ਤਾਂ ਐਲ ਜੀ ਚਲਾਊਗਾ, ਜਿਹੜਾ ਕੁਛ ਚਲਾਊਗਾ। ਮਤਲਬ ਉਹ ਕਦੇ ਡੈਮੋਕ੍ਰੇਸੀ ਦੀ ਹਿਸਟਰੀ ਦੇ ਵਿੱਚ ਕਦੇ ਹੋਇਆ ਹੀ ਨਹੀਂ ਕਿ ਇੱਕ ਨੌਕਰਸ਼ਾਹ ਚੁਣੀ ਹੋਈ ਸਰਕਾਰ ਦੇ ਫੈਸਲਿਆਂ ਨੂੰ ਰੱਦ ਕਰਦੇ, ਚੁਣੀ ਹੋਈ ਮਤਲਬ ਇੱਕ ਸੀਐਮ ਕੋਲ ਆਪਦਾ ਪੀਐਨ ਨੂੰ ਟ੍ਰਾਂਸਫਰ ਕਰਨ ਦੀ ਤਾਕਤ ਨਾ ਹੋਵੇ, ਔਰ ਸੁਪਰੀਮ ਕੋਰਟ ਨੇ ਵੀ ਇਸ ਚੀਜ਼ 'ਤੇ ਮੋਹਰ ਲਾਤੀ, ਔਰ ਹੁਣ ਹੋ ਕੀ ਰਿਹਾ ਵੀ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਇੰਪਲੀਮੈਂਟ ਨਹੀਂ ਕਰਦੇ ਨੇ, ਇਸ ਕਰਕੇ ਉੱਥੇ ਬਿਜ਼ੀ ਨੇ। ਬਣਾਈ ਸੀ ਉਦੋਂ ਪਤਾ ਹੋਣਾ ਜਿਹਦੇ ਨੇ, ਤੁਹਾਨੂੰ ਪਤਾ ਸੀ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਡਿਊਟੀ ਕਿਵੇਂ ਕੰਮ ਕਰ ਰਹੀ ਹੈ। ਬਿਲਕੁਲ, ਜਦੋਂ ਸਰਕਾਰ ਬਣਾਈ ਸੀ ਉਸ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ। ਹੁਣ ਤੁਸੀਂ ਜੇ ਇੱਕ ਮੈਂ ਦੱਸਾਂ ਤੁਹਾਨੂੰ, ਹੁਣ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੇ ਐਡੇ ਕਰੜੇ ਫੈਸਲੇ ਨਹੀਂ ਲਏ ਸੀ ਕਿ ਉਹ ਸੈਂਟਰ ਨਾਲ ਉਹ ਕਦੇ ਉਹਦਾ ਰੌਲਾ ਨਹੀਂ ਪਿਆ, ਕਿਉਂਕਿ ਕਦੇ ਉਹਨੇ ਮੰਤਰੀ ਦੇ ਕਿਸੇ ਦੇ ਪਰਚਾ ਨਹੀਂ ਦਵਾਇਆ ਸੀ, ਕਦੇ ਉਹਨੇ ਬਿਜਲੀ ਦੇ ਬਿੱਲ ਅੱਧੇ ਨਹੀਂ ਕੀਤੇ ਸੀ, ਕਦੇ ਉਹਨੇ ਗਰੀਬ ਬੰਦੇ ਦਾ ਪਾਣੀ ਦਾ ਮਾਫ਼ ਨਹੀਂ ਕੀਤਾ ਸੀ, ਕਦੇ ਉਹਨੇ ਜਿਹੜਾ ਗਰੀਬ ਦਾ ਇਲਾਜ ਗਰੀਬ ਦਾ ਕਿ ਸਾਰਿਆਂ ਦਾ ਕਿਸੇ ਦਾ ਇਲਾਜ ਮਾਫ਼, ਵੱਡੇ ਕ੍ਰਾਂਤੀਕਾਰੀ ਜਦੋਂ ਫੈਸਲੇ ਲਾਉਂਗੇ ਉਦੋਂ ਕਿਤੇ ਨਾ ਕਿਤੇ ਪਿੰਚ ਹੁੰਦਾ। ਸੋ ਉਹ ਹੁਣ ਸਰਕਾਰ ਉਹਨੂੰ ਰਾਹੁਲ ਗਾਂਧੀ ਨੂੰ ਵੀ ਇੱਥੇ ਆਉਣਾ ਚਾਹੀਦਾ ਸੀਗਾ। ਰਾਹੁਲ ਗਾਂਧੀ ਤਾਂ ਉਦੋਂ ਬਹੁਤ ਚੱਕਰ ਮਾਰਦੇ ਸੀਗੇ ਚੋਣਾਂ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਖੁਦ ਇੱਥੇ ਮੌਜੂਦ ਹੋਣ, ਠੀਕ ਆ, ਔਰ ਜਦੋਂ ਰਾਹੁਲ ਗਾਂਧੀ ਨੇ ਉਦੋਂ ਵੀ ਇਹ ਕਿਹਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਜੀ ਇੱਥੋਂ ਦੀ ਬਾਗ ਦੇ ਦੇਖਣਗੇ, ਇੱਕ ਉਹ ਕਿਹੜੇ ਨੌਜਵਾਨ ਦੇ ਘਰੇ ਗਏ ਨੇ, ਨਹੀਂ ਨਹੀਂ ਕਿਹੜੇ ਨੌਜਵਾਨ ਜਿਹਦੀ ਮੌਤ ਹੋਈ ਆ ਕਹਿੰਦੇ ਘਰੇ ਜਾ ਕੇ। ਮੇਰੀ ਨਾ ਇੱਕ ਗੱਲ, ਇੱਕ ਹੋਰ ਪਲੀਜ਼ ਧਿਆਨ ਨਾਲ ਦੇਖੋ, ਬਾਜਵਾ ਸਾਹਿਬ ਦੀ ਗੱਲ ਨਾਲ ਮੈਂ ਬੜਾ ਕਿਤੇ ਇੱਕ ਤਰ੍ਹਾਂ ਤੋਂ ਸਹਿਮਤ, ਇਸ ਕਰਕੇ ਨਹੀਂ ਵੀ ਉਹ ਕੈਪਟਨ ਸਾਹਿਬ ਬਾਰੇ ਬੋਲੇ ਜਾਂ ਨਹੀਂ ਬੋਲੇ, ਲੇਕਿਨ ਓਵਰਆਲ ਅਗਰ ਤੁਸੀਂ ਡਰੱਗ ਆਪਾਂ ਸੋਲੂਸ਼ਨ ਦੀ ਗੱਲ ਕਰਦੇ ਆ ਨਾ, ਤੁਸੀਂ ਅਗਰ ਸੋਲੂਸ਼ਨ ਕੱਢਣਾ ਨਾ, ਮੈਨੂੰ ਸਿਰਫ ਇਹ ਮਹਿਸੂਸ ਹੁੰਦਾ ਵਾ ਵੀ ਸਰਕਾਰ ਜਿਹੜਾ ਵੀ ਸਟੈਪ ਚੁੱਕਦੀ ਆ ਨਾ ਡਰੱਗਸ ਪ੍ਰਤੀ, ਆਪੋਜੀਸ਼ਨ ਨਾਲ ਦੇ ਨਾਲ ਉਹਦੇ ਉਲਟ ਆ ਜਾਂਦੀ ਹੈ। ਜਦੋਂ ਫਾਂਸੀ ਦੀ ਗੱਲ ਆਈ ਇਹਨਾਂ ਨੇ ਇੱਕ ਪਾਸੇ ਤੁਸੀਂ ਵਿਰੋਧ ਕਰਦੇ ਹੋ, ਮਾਰਚ ਕਰਦੇ ਹੋ, ਇਹ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਸੀ ਤੁਹਾਨੂੰ, ਇੱਕ ਪਾਸੇ ਕਿਹਨੂੰ ਨਾ ਲਓ, ਅਸੀਂ ਕੋਈ ਸਰਕਾਰ ਜਿਹੜਾ ਵੀ ਕੋਈ ਫੈਸਲਾ ਚੁੱਕ ਰਹੇ ਹਾਂ, ਅਸੀਂ ਕੋਈ ਵੀ ਸਟੈਪ ਚੁੱਕ ਰਹੇ ਹਾਂ, ਇਹ ਉਹਦਾ ਕ੍ਰਿਟਿਸਿਜ਼ਮ ਕਰਨ ਦੀ ਬਜਾਏ ਇਹਨਾਂ ਦਾ ਸਿਰਫ ਇੱਕ ਏਜੰਡਾ ਵਾ ਵੀ ਹਾਂ ਡਰੱਗਸ ਦਾ ਮੁੱਦਾ ਕਿਸੇ ਤਰ੍ਹਾਂ ਬੰਦ ਨਾ ਹੋ ਜਾਏ, ਕਿਉਂਕਿ ਇਹਨਾਂ ਨੇ ਸੌਂਹ ਖਾਧੀ ਆ, ਜੇ ਇਹ ਮੁੱਦਾ ਖਤਮ ਹੋ ਗਿਆ ਤਾਂ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਕੀ ਵਾਰ ਬਰਨ ਬਰਨ ਢਿੱਲੋ, ਇੱਕ ਮਿੰਟ, ਤੁਹਾਨੂੰ ਇਹ ਲੱਗਦਾ ਵੀ ਇਹ ਵਿਰੋਧੀ ਪਾਰਟੀਆਂ ਤੁਹਾਡੀ ਕੋਸ਼ਿਸ਼ ਨੂੰ ਡੀਰੇਲ ਕਰਨਾ ਚਾਹੁੰਦੀਆਂ? ਸਿਰਫ ਇਹਨਾਂ ਦੀ ਭਾਵੇਂ ਆਮ ਆਦਮੀ ਪਾਰਟੀ ਹੋਵੇ, ਭਾਵੇਂ ਅਕਾਲੀ ਦਲ, ਤਾਂ ਬੋਲਦੀ ਬੋਲ ਹੀ ਨਹੀਂ ਸਕਦੀ ਇਸ ਮੁੱਦੇ ਦੇ ਉੱਤੇ। ਬੀਜੇਪੀ ਵਾਲੇ ਅੱਜ ਵਿਚਾਰੇ ਮਸਾ ਬੋਲਣ ਲੱਗੇ, ਇਹ ਬੀਜੇਪੀ ਵਾਲੇ ਇਸ ਕਰਕੇ ਬੋਲਣ ਲੱਗੇ, ਅਸਾਂ ਇਹਨਾਂ ਨੂੰ ਬੋਲਣ ਨਹੀਂ ਦਿੱਤਾ। ਨਸ਼ਾ ਤੁਹਾਡੇ ਰਾਜ ਚ ਵਧਿਆ ਹੋਣਾ, ਜ਼ਿੰਮੇਵਾਰ ਕੌਣ ਸੀ? ਮਾਲਵਿੰਦਰ ਕੰਗ, ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਕਹਿੰਦੇ ਆ ਕਿ ਪਿਛਲੀ ਸਰਕਾਰ ਵੇਲੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ ਗਿਆ, ਛੋਟੇ ਬੰਦਿਆਂ ਨੂੰ ਫੜਿਆ ਗਿਆ, ਉਹਦੇ ਵਿੱਚ ਵੀ ਕਈਆਂ ਤੇ ਝੂਠੇ ਪਰਚੇ ਕੀਤੇ ਗਏ। ਹੁਣ ਉਹਨਾਂ ਦਾ ਕੀ ਜਵਾਬ?
ਅਹੇ ਜੀ ਇਹ ਸਾਰੇ ਸਮਾਜ ਦੀ ਲੜਾਈ ਆ, ਸਾਰਿਆਂ ਨੂੰ ਲੜਨੀ ਪੈਣੀ। ਅਸੀਂ ਜਦੋਂ ਕਹਿੰਦੇ ਸੀ ਵੀ ਸਾਰਿਆਂ ਦੀ ਲੜਾਈ ਆ, ਇਹ ਤੁਸੀਂ ਵਕਾਲਿਆ ਸੀ। ਮੇਰੀ ਬੇਨਤੀ ਢਿੱਲੋਂ ਸਾਹਿਬ, ਮੇਰੀ ਗੱਲ ਅੱਜ ਕੋਈ ਇਹ ਨਹੀਂ ਕਹਿੰਦਾ ਸਰਕਾਰ ਮਲਵਿੰਦਰ ਕਾਂਗ, ਮੈਂ ਲਕਸ਼ਮੀ ਕਾਂਤਾ ਚਾਵੜਾ ਦਾ ਸਵਾਲ ਕੀਤਾ ਸੀ। ਜੇ ਸਾਡੇ ਕੋਈ ਲੀਡਰ ਇਨਵੋਲਵ ਸੀ, ਅੱਜ ਸਰਕਾਰ ਤੇ ਕਾਂਗਰਸ ਦੀ ਆ, ਬਹੁਮਤ ਦੀ ਸਰਕਾਰ ਹੈ। ਤੁਸੀਂ ਐਕਸ਼ਨ ਰਿਪੋਰਟ ਆਲਿਆਂ ਦਾ ਰਿਪੋਰਟ ਆ, ਤੁਸੀਂ ਵੇਖਿਓ ਕਿਉਂ ਨਹੀਂ ਤੁਸੀਂ ਅਲਾਈਅੰਸ ਤੋੜਨਾ। ਇੱਕ ਤੇ ਮੇਰੀ ਬੇਨਤੀ ਹੈ, ਆਪਣੀ ਟਰਮ ਚ ਬੋਲਿਆ ਮਲਵਿੰਦਰ ਕਾਂਗ, ਮੈਂ ਸਵਾਲ ਕੀਤਾ ਸੀ, ਉਹਦਾ ਜਵਾਬ ਨਹੀਂ ਦੇ ਰਿਹਾ। ਮੈਂ ਲਕਸ਼ਮੀ ਕਾਂਤਾ ਚਾਵੜਾ ਜੀ ਦਾ ਸਵਾਲ ਕੀਤਾ ਸੀਗਾ, ਉਹਦਾ ਜਵਾਬ ਦੇ ਦਿਓ ਤੁਸੀਂ। ਮੈਂ ਜਿਹੜੀ ਤੁਹਾਨੂੰ ਗੱਲ ਕਹੀ ਵੀ ਕਿਤੇ ਨਾ ਕਿਤੇ ਸਾਡੇ ਕੋਲ ਕਮੀ ਰਹੀ ਇਸ ਲੜਾਈ ਲੜਨ ਚ, ਤੇ ਸਾਨੂੰ ਖਮਿਆਜਾ ਵੀ ਤਾਂ ਭੁਗਤਣਾ ਪਿਆ, ਅਸੀਂ ਹਾਰੇ ਆ ਇਲੈਕਸ਼ਨ ਪੂਰੀ ਤਰ੍ਹਾਂ। ਨੰਬਰ ਇੱਕ, ਨੰਬਰ ਦੋ, ਜਿਹੜੀ ਡੋਪ ਟੈਸਟ ਵਾਲਾ ਜਿਹੜਾ ਇਹ ਸ਼ਗੂਫਾ ਛੱਡਿਆ ਹੈ ਨਾ, ਡੋਪ ਟੈਸਟ ਪਾਲਿਸੀ ਦਾ ਮੈਟਰ ਬਣਾ ਦਿਓ, ਕੋਈ ਦਿੱਕਤ ਨਹੀਂ। ਕੋਈ ਪੰਚਾਇਤ ਦੇ ਇਲੈਕਸ਼ਨ ਹੈ, MLA ਦੇ ਹੈ, ਉਹ ਪਾਲਿਸੀ ਮੈਟਰ ਬਣਾ ਲਓ, ਅਸੀਂ ਵੀ ਤਿਆਰ ਹੈ। ਲੇਕਿਨ ਅੱਜ ਜਿਹੜਾ ਸੰਜੀਦਾ ਮਸਲਾ ਹੈ ਨੈਕਸਸ ਤੋੜਨ ਦਾ, ਉਹਦੇ ਲਈ ਸਰਕਾਰ ਨੂੰ ਤਗੜੇ ਹੋ ਕੇ ਲੜਨਾ ਪੈਣਾ। ਔਰ ਤੋਂ ਨਾ ਭੱਜਿਆ ਹੈ ਜੀ ਇਹ ਡੋਪ ਟੈਸਟ, ਇਹ ਮਤਲਬ ਕੰਪੇਨ, ਯਾਨੀ ਕਿ ਤੁਸੀਂ ਨਾਕਾਮ ਸੀ ਤੇ ਹੁਣ ਤੁਹਾਨੂੰ ਇਹ ਸਰਕਾਰ ਕਾਮਯਾਬ ਹੋ ਜਾਵੇ? ਕਿੱਥੇ ਕਾਮ? ਮੈਂ ਕਹਿੰਦਾ ਨੈਕਸਸ ਤੁਸੀਂ ਤੋੜ ਨਹੀਂ ਸਕਦੇ। ਨਸ਼ਾ ਪੰਜਾਬ ਦੀ ਸਮੱਸਿਆ, ਨੌਜਵਾਨਾਂ ਨੂੰ ਮਾਰ ਰਹੀ ਹੈ, ਪੰਜਾਬ ਨੂੰ ਖਤਮ ਕਰ ਰਹੀ ਹੈ, ਸਾਡੀ ਸਾਰਿਆਂ ਦੀ ਲੜਾਈ ਹੈ, ਜਵਾਬ ਵੀ ਲੈਣਾ ਲੋਕਾਂ ਤੁਸੀਂ ਜਾ ਕੇ, ਕਿਉਂਕਿ ਇਹ ਨੀ ਕਿ ਹੁਣ ਜਦੋਂ 4 ਸਾਲ ਇਲੈਕਸ਼ਨ ਹੋਏਗੀ ਤੁਹਾਨੂੰ ਲੋਕੀ ਪੁੱਛਣਗੇ ਸਵਾਲ। ਜਿੱਦਾਂ ਮੈਂ ਵੀ ਗੱਲ ਕੀਤੀ ਆ ਗੁਰਿੰਦਰ ਜੀ, ਮੈਂ ਤੁਹਾਨੂੰ ਦੱਸਦਾ, ਸਪਸ਼ਟ ਕਰਾਂ, ਆਪਾਂ ਤੁਹਾਨੂੰ ਇੰਨੀ ਵੀ ਗੱਲ ਕਹਿੰਦੇ ਕਿ ਵੀ ਜਿਹੜਾ ਕਿ ਕਿਸੇ ਨੇ ਤੁਹਾਨੂੰ ਕੋਈ ਇਹ ਨਹੀਂ ਕਿਹਾ ਕਿ ਉਹਦੀ ਮਨਸ਼ਾ ਮਾੜੀ ਹੈ, ਲੇਕਿਨ ਘੱਟੋ ਘੱਟ ਕੰਮ ਨੂੰ ਤਰੀਕੇ ਨਾਲ ਕਰਨਾ ਚਾਹੀਦਾ ਆ ਕੇ, ਕਿਉਂਕਿ ਸਾਨੂੰ ਵੀ 20 ਸਾਲ ਹੋ ਗਏ ਦੇਖਦੇ ਨੂੰ ਆ ਕੇ, ਕਿ ਵੀ ਹਰ ਪੋਲੀਟੀਕਲ ਪਾਰਟੀ ਮੁੱਦਾ ਬਣਾ ਰਹੀਆਂ ਨੇ, ਹੋ ਰਹੀਆਂ ਨੇ। ਇਹ ਮੈਨੂੰ ਲੱਗਦਾ ਹੈ ਜੋ ਹਾਲਾਤ ਬਣ ਰਹੇ ਨੇ, ਜੇ ਆਪਾਂ ਟੈਕਨੀਕਲੀ ਤੌਰ 'ਤੇ ਸਟਰੋਂਗ ਨਹੀਂ ਹੋਵਾਂਗੇ ਤਾਂ ਸਰਕਾਰ ਨੂੰ ਉਹਦਾ ਖਾਮੇ ਭੁਗਤਣਾ ਪਏਗਾ। ਔਰ ਬਾਪ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ ਆ ਕੇ ਕਿ ਤੁਸੀਂ ਉਹ ਪਿਛਲੇ ਸਾਲ ਵੱਡੀਆਂ ਮੱਛੀਆਂ ਸੀਗੀਆਂ, ਕਿਉਂਕਿ ਉਸ ਸਰਕਾਰ ਨੂੰ ਮਾਰ ਐਡੀ ਪਈ ਨਸ਼ੇ ਦੀ, ਉਨੀ ਪਈ ਮਾਫੀਆ ਦੀ ਪਈ ਹੈ, ਜਿਹਦੇ ਕਰਕੇ ਓਪੋਜੀਸ਼ਨ 'ਚ ਬੈਠੇ ਨੇ। ਇਸ ਕਰਕੇ ਸਰਕਾਰ ਨੂੰ, ਲੋਕਾਂ ਨੂੰ ਵਿਸ਼ਵਾਸ ਸੀਗਾ ਸ਼ਾਇਦ ਕਾਂਗਰਸ ਕਦੇ ਵੀ ਇਹਨਾਂ ਗੁਟਕਾ ਸਾਹਿਬ ਨੂੰ ਫੜ ਕੇ ਜਦੋਂ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਆ ਕੇ, ਲੋਕਾਂ ਨੂੰ ਵਿਸ਼ਵਾਸ ਸੀ, ਵਿਸ਼ਵਾਸ ਨੂੰ ਵੋਟ ਪਾਈ ਹੈ। ਲੇਕਿਨ ਮੈਂ ਕਹਿੰਦਾ ਚਲੋ, ਕਿਉਂਕਿ ਮਾਸ ਨੂੰ ਵੀ ਨਾਲ ਜੋੜਨਾ ਪੈਂਦਾ, ਲੋਕ ਨਾਲ ਜੁੜਨਗੇ ਆ ਕੇ, ਲੇਕਿਨ ਫਿਰ ਵੀ ਸਰਕਾਰ ਨੂੰ ਕਿਤੇ ਨਾ ਕਿਤੇ ਆਪਣੇ ਟੈਕਨੀਕਲੀ ਜਿਹੜੇ ਤੌਰ 'ਤੇ ਜਿਹੜੀ ਚੀਜ਼ ਇਲਾਜ ਹੈ ਜਾਂ ਕੁਛ ਹੈ, ਤੁਹਾਨੂੰ ਉੱਥੇ ਸਟਰੋਂਗ ਰਹਿਣਾ ਪਊਗਾ। ਇਹ ਸਟੈਪ ਚੱਕਣੇ ਪੈਣਗੇ, ਸਟੈਪ ਚੱਕਣੇ ਪੈਣਗੇ। ਫਿਰ ਤੋਂ ਵਾਪਸ ਆਉਂਦੇ ਹਾਂ ਅਤੇ ਸਵਾਲ ਜਵਾਬ ਦਾ ਸਿਲਸਿਲਾ ਤਾਂ ਉਹ ਤਾਂ ਜਾਰੀ ਰਹੂਗਾ, ਪਰ ਇਹਦਾ ਹੱਲ ਕੀ ਨਿਕਲ ਸਕਦਾ ਹੈਗਾ? ਹੱਲ ਵੱਲ ਤੁਰਨਾ ਪਵੇਗਾ। ਇਹ ਚਰਚਾ ਅੱਜ ਤੱਕ ਸੀਮਤ ਨਹੀਂ ਹੈਗੀ, ਚਰਚਾ ਲਗਾਤਾਰ ਹੋਵੇਗੀ, ਕਿਉਂਕਿ ਚਰਚਾ ਹੋਣੀ ਲਾਜ਼ਮੀ ਹੈਗੀ ਆ, ਅਤੇ ਫਿਰ ਹੀ ਪਤਾ ਲੱਗੂਗਾ ਅਸਲ ਵਿੱਚ ਇਹ ਸਿਆਸਤ ਕੀ ਚਾਹੁੰਦੀ ਹੈਗੀ ਆ, ਸਮਾਜ ਕੀ ਚਾਹੁੰਦਾ ਹੈਗਾ, ਅਤੇ ਸਿਆਸਤ ਅਤੇ ਸਮਾਜ ਦਾ ਆਪਸ ਵਿੱਚ ਜਿਹੜਾ ਵਿਸ਼ਵਾਸ ਘਟਿਆ ਹੈਗਾ ਉਸਦਾ ਪਾੜਾ ਦੂਰ ਹੋ ਸਕੇਗਾ ਜੇ ਕਾਰਵਾਈ ਹੋਈ ਤਾਂ। ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਕਰਾਂਗੇ। ਡੋਪ ਟੈਸਟ ਦੇ ਪਰਦੇ ਨਾਲ ਅਸਲੀ ਗੁਨਾਹਗਾਰਾਂ ਨੂੰ ਤਾਂ ਨਹੀਂ ਪਹੁੰਚਾਇਆ ਜਾ ਰਿਹਾ। ਕੁਲਤਾਰ ਸੰਧਵਾ, ਮੈਨੂੰ ਇਸ ਸਵਾਲ 'ਤੇ ਤੁਹਾਡਾ ਟੇਕ ਚਾਹੀਦਾ। ਦੇਖੋ ਜੀ, ਅਸਲੀ ਗੁਨਾਹਗਾਰਾਂ ਦੀ ਆਪਾਂ ਗੱਲ ਕਰੀਏ ਤਾਂ ਸਾਰੇ ਪੰਜਾਬ ਨੂੰ ਪਤਾ ਵੀ ਸੱਤਾ ਅਤੇ ਪਿੰਡੀ ਕਿਹਦੇ ਕੋਲ ਰਹਿੰਦੇ ਰਹੇ ਆ। ਇਹਨਾਂ ਨੂੰ ਸਾਰਿਆਂ ਦਾ ਪਤਾ ਵੀ ਕਿੱਥੇ ਕਿੱਥੇ ਕਿਹੜਾ ਕਿਹੜਾ ਬੰਦਾ ਵੇਚਦਾ ਸੀ ਨਸ਼ਾ। ਸੋ ਸਰਕਾਰ ਦੀ ਜੇ ਸੰਜੀਦਗੀ ਤਾਂ ਉਦੋਂ ਹੀ ਸਾਹਮਣੇ ਆਊਗੀ ਜਦੋਂ ਉਹ ਵੱਡੇ ਨਾਵਾਂ 'ਤੇ ਜਿਹੜਾ ਇਸ ਕਹਿੰਦਾ ਕਸਿਆ ਜਾਊਗਾ। ਔਰ ਉਹਨਾਂ ਨੇ ਮੇਰੇ ਖਿਆਲ 10 ਮਿੰਟ ਦੇ ਵਿੱਚ ਦੱਸ ਦੇਣਾ, ਪਰ ਉਹ ਕਿਉਂ ਨਹੀਂ ਹੋ ਰਿਹਾ ਇਹ ਹਜੇ ਤੱਕ ਸਮਝ ਨਹੀਂ ਆ ਰਹੀ। ਕੁਲਤਾਰ ਸੰਧਵਾ, ਮੇਰਾ ਇੱਕ ਸਵਾਲ ਹੋਰ ਵੀ ਹੈਗਾ, ਚਲੋ ਜੇ ਤੁਹਾਡੀ ਗੱਲ ਮੈਂ ਮੰਨ ਕੇ ਅੱਗੇ ਤੁਰਾਂ, ਜੇ ਉਹਨਾਂ 'ਤੇ ਸਰਕਾਰ ਨਕੇਲ ਕੱਸ ਦੂਗੀ ਤਾਂ ਇਹ ਨਸ਼ਾ ਸਪਲਾਈ ਰੁਕ ਜੂਗੀ? ਬਿਲਕੁਲ, ਉਹਨਾਂ ਨੂੰ ਪਤਾ, ਕਿਉਂਕਿ ਉਹ ਇੱਕ ਔਰਗਨਾਈਜ਼ ਕ੍ਰਾਈਮ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਸਾਰਾ, ਕਿਉਂਕਿ ਪੁਲਿਸ ਔਰ ਸਰਕਾਰ ਦੀ ਸਹਿਮਤੀ ਤੋਂ ਬਿਨਾਂ 5 ਮਿੰਟ ਵੀ ਗਲਤ ਕੰਮ ਨਹੀਂ ਹੋ ਸਕਦਾ। 5 ਮਿੰਟ ਗਲਤ ਕੰਮ, ਫਿਰ ਜੇ ਤੁਹਾਨੂੰ ਇੰਨਾ ਕੁਛ ਪਤਾ ਫਿਰ ਤੁਹਾਡੇ ਲੀਡਰ ਮਾਫੀ ਕਿਉਂ ਮੰਗਦੇ ਹੋ? ਸੰਜੇ ਸਿੰਘ ਦਾ ਕੇਸ ਅਜੇ ਵੀ ਚੱਲਦਾ ਉੱਥੇ, ਉਹਨਾਂ ਨੇ ਇਹ ਕਿਹਾ ਸੰਜੇ ਸਿੰਘ ਵੱਡੇ ਕਿ ਅਰਵਿੰਦ ਕੇਜਰੀਵਾਲ? ਮੈਂ ਤੁਹਾਨੂੰ ਗੱਲ ਮਾਫੀ ਦੀ ਗੱਲ ਕਰਦਾ, ਮੈਂ ਉਹਨਾਂ ਨੇ ਆਪਦੀ ਜਿਹੜਾ ਲੈਟਰ ਹੈ ਜਾਂ ਬਾਅਦ ਵਿੱਚ ਜਿਹੜੀ ਸਾਡੇ ਨਾਲ ਗੱਲ, ਉਹਨਾਂ ਨੇ ਕਿਹਾ ਕਹਿੰਦੇ ਮੈਂ ਸਰਕਾਰ ਨਹੀਂ ਹਾਂ, ਜਿਹੜੇ ਸਬੂਤ ਇਕੱਠੇ ਕਰਨੇ ਆ ਉਹ ਸਰਕਾਰ ਨੇ ਕਰਨੇ ਹੁੰਦੇ ਆ। ਜੇ ਕਿਤੇ ਮੇਰੇ ਕੋਲ ਸਰਕਾਰ ਆਈ ਹੋਵੇ ਤਾਂ ਮਾਫ ਕਰਨਾ, ਸਰਕਾਰ ਨੂੰ ਮਾਫ ਕਰਨਾ, ਮੈਂ ਸਾਡੇ ਨਾਲ ਗੱਲ ਤੁਸੀਂ ਐਲੀਗੇਸ਼ਨ ਲਗਾਏ, ਤੁਸੀਂ ਆਪਦੇ ਲੀਡਰ ਨੂੰ ਦੱਸਿਆ ਨਹੀਂ ਸਾਰਾ ਕੁਝ, ਤੁਸੀਂ ਆਪਦੇ ਤੁਸੀਂ ਸਬੂਤ ਇਕੱਠੇ ਕਰਕੇ ਦੇਣਾ ਕਿਸੋ ਕਰਦੇ ਯਾਰ, ਮੈਂ ਕਿਵੇਂ ਦੇ ਦੂੰਗਾ? ਹੁਣ ਸਰਕਾਰ ਕਰੇਗੀ, ਪੁਲਿਸ ਕਰੇਗੀ, ਸਾਡਾ ਬੰਦਾ ਆਧਾਰ ਦੀ ਸੱਤਾ ਦੇ ਪਿੰਡੀ, ਇੰਨੇ ਵੱਡੇ ਪਿੰਡੀ ਆਧਾਰ ਦੀ ਉੱਤੇ ਬੰਨੇ ਆ ਕੇ ਹੁਣ ਗੱਲ ਸੁਣ ਲੈ ਤੂੰ ਯਾਰ, ਹੁਣ ਗੱਲ ਘੱਟੋ ਘੱਟ ਤੁਸੀਂ
ਇਹਨੇ ਵੱਡੇ ਐਲੀਗੇਸ਼ਨ ਲਗਾਈ ਚਿੱਟੇ ਦੇ ਲੀਡਰ ਦੇ ਲਾਇਆ ਕੇ ਮਤਲਬ ਕ੍ਰਾਂਤੀਕਾਰੀ ਡਰ ਗਏ ਤੁਸੀਂ ਐਲੀਗੇਸ਼ਨ ਤੇ ਤਾਂ ਤੱਕ ਪ੍ਰੂਫ ਨਹੀਂ ਸੀ ਤੁਸੀਂ ਵਾਕਈ ਸੱਤਾ ਦੇ ਪਿੱਟੀ ਤੁਹਾਡੇ ਸਾਹਮਣੇ ਪ੍ਰੂਫ ਤਾਂ ਹੈਗੇ ਸੀ ਪਰ ਗੱਲ ਇਹ ਆ ਵੀ ਆਪਾਂ ਫੈਸਲੇ ਲੈਣ ਵਾਲੇ ਐਲੀਗੇਸ਼ਨ ਇਹਨਾਂ ਬਰਿੰਦਾ ਢਿੱਲੋ ਉਹਨਾਂ ਨੇ ਇਹ ਨਹੀਂ ਕਿਹਾ ਇੱਕ ਮਿੰਟ ਮੈਂ ਬਰੀ ਕਰਦਾ ਗੁਦਾਸਨ ਦਾ ਇੱਕ ਮਿੰਟ ਉਹਨਾਂ ਨੇ ਬਰਿੰਦਾ ਢਿੱਲੋ ਸਬੂਤ ਬਰਿੰਦਾ ਢਿੱਲੋ ਇਕੱਠੇ ਕਰ ਸਕਿਆ ਬਰਿੰਦਾ ਢਿੱਲੋ ਹੁਣ ਤੁਹਾਡੀ ਸਰਕਾਰ ਆ ਰਾਹੁਲ ਗਾਂਧੀ ਨੇ ਕਿਹਾ ਸੀ 70% ਪੰਜਾਬ ਨੂੰ ਛੇੜੀ ਹੈਗਾ ਫਿਰ ਜਾਂ ਤਾਂ ਤੁਸੀਂ ਮਾਫੀ ਮੰਗੋ ਜਾਂ ਸਬੂਤ ਦਿਓ ਬਿਲਕੁਲ ਸਬੂਤ ਦੇਵਾਂਗੇ ਹਾਈ ਕੋਰਟ ਦੇ ਵਿੱਚ ਇੱਕ ਮੋਨੀਟਰਡ ਐਸਟੀਐਫ ਰਿਪੋਰਟ ਚੱਲ ਰਹੀ ਆ ਕਿ ਅਸੀਂ ਹਾਈ ਕੋਰਟ ਦੇ ਇੱਕ ਤਾਂ ਕੋਈ ਵੀ ਚੀਜ਼ ਆ ਕਨਸਟੀਟਿਊਸ਼ਨ ਫਰੇਮਵਰਕ ਚ ਕਰਨੀ ਡਰਗਸ ਤੇ ਚੱਲ ਰਹੀ ਹੈ ਗੁਰਿੰਦਰ ਜੀ ਡਰਗਸ ਤੇ ਚੱਲ ਰਹੀ ਹੈ ਨਾ ਕਿ ਸਰਵੇ ਚੱਲ ਰਿਹਾ ਕਿ ਉਹ ਸਰਵੇ ਹੋਣਾ ਕਿ ਨਹੀਂ ਅੱਜ ਵੀ ਅਸੀਂ ਮੰਨਦੇ ਹਾਂ ਬੰਦੇ ਲੋ ਹੁਣ ਮੰਨਦੇ ਹੋ ਤੁਸੀਂ 70% ਪੰਜਾਬ ਨਸ਼ੇੜੀ ਹੈ ਤੁਸੀਂ ਮੰਨਦੇ ਹੋ ਨਸ਼ੇੜੀ ਸੀ ਪੰਜਾਬ ਅੱਜ ਦੇਖੋ ਅਗਰ ਡਰਗਸ ਤੁਸੀਂ ਪੰਜਾਬ ਨੂੰ ਫੇਰ ਡੀਫੇਮ ਕਰ ਰਹੇ ਹੋ ਸੁਣੋ ਸੁਣੋ ਬਿਲਕੁਲ ਕਰ ਰਹੇ ਹੋ ਤੁਸੀਂ ਅੱਗ ਲਾਈ ਆ ਪੰਜਾਬ ਨੂੰ ਅੱਗ ਲਾਉਂਦੇ ਰਹੀ ਆ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਬੜੀ ਬੜੀ ਪੱਟੀ ਤੁਸੀਂ ਚੋਕਦੇ ਰਹੋ ਕਿ ਆਪ ਦਾ ਵਾਦਾ ਹੈ ਪਰ 47 ਜਿਹੜਾ ਨਸ਼ਾ ਦਾ ਉਹ ਸ਼ਰਮ ਕਰ ਲੋ ਪੰਜਾਬ ਤੁਹਾਡਾ ਪੰਜਾਬ ਨੂੰ ਨਾ ਰੋਕ ਨਹੀਂ ਕਰੋ ਜੋ ਅਗਰ ਇੱਕ ਮਿੰਟ ਇੱਕ ਸੋਲੂਸ਼ਨ ਹੈ ਨਾ ਪ੍ਰੀਵੈਂਟਿਵ ਮੈਜਰਸ ਹੁੰਦੇ ਇੱਕ ਡਿਟਰੈਂਟ ਹੁੰਦਾ ਔਰ ਇੱਕ ਓਵਰਆਲ ਐਮਪਾਵਰਮੈਂਟ ਜਾਂ ਆਪਾਂ ਕੀ ਕਹਿੰਦੇ ਅਵੇਅਰਨੈਸ ਕਰਨ ਦੀ ਹੁੰਦੀ ਹੈ ਅਗਰ ਡਰੱਗਸ ਦੀ ਕਿਤੇ ਵੀ ਤੁਸੀਂ ਕੋਈ ਸਟੱਡੀ ਕੱਢ ਲਓ ਕੋਈ ਸਟੱਡੀ ਕੱਢ ਲਓ ਤੁਸੀਂ ਹੁਣ ਵੀ ਕਿਹਾ ਪੰਜਾਬ ਨੂੰ ਛੇੜੀ ਹੁਣ ਵੀ ਕਿਹਾ ਮੈਂ ਬਿਲਕੁਲ ਨਸ਼ੇੜੀ ਸੀਗਾ ਤੁਸੀਂ ਹੁਣ ਵੀ ਕਿਹਾ ਨਸ਼ੇੜੀ ਸੀਗਾ ਤੁਸੀਂ ਹੁਣ ਵੀ ਕਿਹਾ ਨਾ ਤੁਸੀਂ ਕਰੋ ਰਿਵਾਈਵ ਤੁਸੀਂ ਕਰੋ ਮੈਂ ਕਿਹਾ ਨਸ਼ੇੜੀ ਸੀਗਾ ਪੰਜਾਬ ਤੁਸੀਂ ਬਣਾਇਆ ਨਸ਼ੇੜੀ ਬੜੀ ਇੱਕ ਅਫਸੋਸ ਦੀ ਗੱਲ ਹੈ ਕਿ ਇੱਕ ਮੇਰਾ ਵੀਰ ਇਹਨਾਂ ਯੂਥ ਦੀਆਂ ਇਲੈਕਸ਼ਨਾਂ ਜਿੱਤ ਕੇ ਆਉਂਦਾ ਹੋਵੇ ਬਹਿ ਕੇ ਔਰ ਆਪ ਇਹਨੂੰ ਦੱਸਣਾ ਪੁੱਛਣਾ ਨਾ ਪਿੰਡ ਭਾਈ ਦੇ ਦੇਖਣਾ ਵੀ ਨਸ਼ੇ ਕਿੰਨੇ ਲੋਕ ਕਰਦੇ ਆ ਸਾਰਾ ਪੰਜਾਬ ਨਸ਼ੇੜੀ ਬਣਾ ਰਹੇ ਹੋ ਮਾੜੀ ਗੱਲ ਹੈ ਮੈਂ 70% ਨਸ਼ੇੜੀ ਬਣਾ ਦਿੱਤਾ ਰਹਿੰਦੀ ਕਦਰ ਆਮ ਆਦਮੀ ਪਾਰਟੀ ਅੱਗ ਲਾਤੀ ਉਹ ਤਾਂ ਉਸ ਨੇ ਤੋਂ ਬਾਅਦ ਚੋਂ ਦੇਖੋ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਵੀ ਬਾਅਦ ਚੋਂ ਸਾਹਸ ਹੋਇਆ ਸੀ ਸੱਤਾ ਦੇ ਪਿੰਡੀ ਸਾਡੇ ਘਰੇ ਜਦੋਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਤਾਂ ਹੀ ਤੁਹਾਡਾ ਉਦੋਂ ਵੀ ਲੱਗਾ 70% ਜ਼ਿਆਦਾ ਕਹਿਤਾ ਕਿਉਂਕਿ ਉਹਨਾਂ ਨੂੰ ਫਿਗਰਸ ਕਿੰਨੇ ਪ੍ਰੋਵਾਈਡ ਕੀਤੇ ਕੀ ਲੱਗਦਾ ਉਹ ਇੱਕ ਏਮਸ ਦੀ ਸਟੱਡੀ ਚਲੋ ਏਮਸ ਦੀ ਸਟੱਡੀ ਤੁਸੀਂ ਪੜ੍ਹੀ ਆ ਕੇ ਉੱਤੇ ਵੀ ਉਸ ਤੋਂ ਬਾਅਦ ਇੱਕ ਹੋਰ ਸਟੱਡੀ ਹੋਈ ਜਿਹਦੇ ਵਿੱਚ 232000 ਪੀਜੀ ਨਹੀਂ ਕੀਤੀ ਸੀਗੀ ਪਹਿਲਾਂ ਉਹ ਪੀਜੀ ਨਹੀਂ ਕੀਤੀ ਸੀ ਦੋ ਨੇ ਕੀਤੀ ਮਹਾਰਾਜ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੱਡੀ ਸੀ ਉਸ ਤੋਂ ਬਾਅਦ ਏਮਸ ਦੀ ਸਟੱਡੀ ਆ ਤੁਸੀਂ ਬਹੁਤ ਥੋੜੀ ਥੋੜੀ ਜਾਣਕਾਰੀ ਦੇ ਵਿੱਚ ਸਿੰਬੋਲਿਕ ਗੱਲ ਦੇ ਉੱਤੇ ਨਾ ਆਪਾਂ ਫੈਕਟਸ ਦੇ ਉੱਤੇ ਜਾਵਾਂਗੇ ਤੇ ਹੋਰ ਗੱਲ ਮੈਂ ਸਿੰਬੋਲਿਕ ਗੱਲ ਕਰ ਰਿਹਾ ਦੇਖੋ ਥੋੜੀ ਇੱਕ ਮੈਸੇਜ ਇਹ ਸੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਸੀਗੀ ਇੰਟੈਲੀਜੈਂਟ ਤੁਹਾਨੂੰ ਜਾਣਕਾਰੀ ਬਹੁਤ ਹੈ ਸਭ ਕੁਝ ਹੈ ਮੈਨੂੰ ਪਤਾ ਤੁਸੀਂ ਆਪਣੇ ਵੱਧ ਤੁਹਾਨੂੰ ਜਾਣਕਾਰੀ ਹੈ ਤੁਸੀਂ ਆਪਣੀ ਜਾਣਕਾਰੀ ਦਾ ਜਿਹੜੀ ਹੈ ਤੁਸੀਂ ਉਹਨੂੰ ਵਾਰ ਵਾਰ ਪ੍ਰਦਰਸ਼ਨ ਨਾ ਕਰੋ ਇਹ ਤੁਹਾਡਾ ਹੈਗਾ ਲੇਕਿਨ ਗੱਲ ਤਾਂ ਸਰ ਇੰਨੀ ਹੈ ਕਿ ਜਿਹੜਾ ਪੰਜਾਬ ਦੇ ਉੱਪਰ ਸਟਿਗਮਾ ਲੱਗਦਾ ਨਸ਼ੇੜੀ ਦਾ ਘੱਟੋ ਘੱਟ ਸੀ ਪੰਜਾਬੀ ਲੋਕ ਪੰਜਾਬ ਦੇ ਹਿੱਤਾਂ ਦੇ ਲੋਕ ਘੱਟੋ ਘੱਟ ਜਿਹੜੇ ਹੈ ਅਸੀਂ ਸੋਲੂਸ਼ਨ ਲੱਭਣ ਦੀ ਬਜਾਏ ਆਪਾਂ ਅੱਜ ਵੀ ਕਹਿੰਦੇ ਕਿ ਨਸ਼ੇੜੀ ਵਾਰ ਵਾਰ ਵਰਡ ਨਾ ਕਹੋ ਪੰਜਾਬ ਨਸ਼ੇੜੀ ਹੈ ਇੱਦਾਂ ਕਰਕੇ ਹੈ ਅਸੀਂ ਆਪ ਕਹਿੰਦੇ ਜਿਸ ਤੁਹਾਡਾ ਪਿੰਡ ਹੈ ਜਿਹੜਾ ਮੁਹੱਲਾ ਹੈ 70% ਲੋਕ ਉੱਥੇ ਨਸ਼ੇੜੀ ਹੈ ਦੇਖੋ ਇਹ ਗਲਤ ਹੈ ਇਹਦਾ ਬਾਰ ਬਾਰ ਤੁਸੀਂ ਕਹੋ ਪੰਜਾਬ ਨਸ਼ੇੜੀ ਸੀ ਹੁਣ ਠੀਕ ਕਰਤਾ ਭਾਜੀ ਇੱਦਾਂ ਨਹੀਂ ਤੁਸੀਂ ਮਾਲਵਿੰਦਰ ਕੰਮ ਬਦਨਾਮੀ ਕਰਕੇ ਕਿਸੇ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ ਸਾਨੂੰ ਇੱਕ ਸੋਚ ਬਣਾਉਣੀ ਪਊਗੀ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਪਊਗਾ ਸਾਰੇ ਪੰਜਾਬੀਆਂ ਨੂੰ ਸਾਰੀ ਸਿਆਸਤ ਨੂੰ ਸਾਰਿਆਂ ਨੂੰ ਜੁੜਨਾ ਪਵੇਗਾ ਉਹ ਜੋੜਨ ਵਾਲੀ ਤਾਂ ਅਸੀਂ ਗੱਲ ਹੀ ਨਹੀਂ ਕਰਦੇ ਪਏ ਜਦੋਂ ਵੀ ਜੋੜਨ ਦੀ ਗੱਲ ਕਰਦੇ ਅਸੀਂ ਤੋੜਨ ਦੀ ਗੱਲ ਪਹਿਲਾਂ ਕਰਦੇ ਹਾਂ ਮੈਂ ਇਤਿਹਾਸਿਕ ਤੱਥਾਂ 'ਤੇ ਜਾਣਾ ਚਾਹੁੰਦਾ ਬਾਜਵਾ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਔਰ ਮੈਂ ਸਹਿਮਤ ਹਾਂ ਮੈਂ ਰੋਜ਼ ਚੈਨਲਾਂ 'ਤੇ ਕਹਿ ਕੇ ਆਉਂਦਾ 70% ਪੰਜਾਬੀ ਨਸ਼ੇੜੀ ਨਹੀਂ ਹੈ ਦੇਖੋ ਕੇਪੀ ਜੀ ਪਹਿਲਾਂ ਵੀ ਸਾਡੇ ਨਾਲ ਬੜਾ ਧੱਕਾ ਹੋਇਆ ਔਰ ਕਾਂਗਰਸ ਖਾਸ ਕਰ ਧੱਕਾ ਕਰਦੀ ਰਹੀ ਹੈ ਪਹਿਲਾਂ ਵੀ ਸਾਡੇ ਨੌਜਵਾਨਾਂ ਨੂੰ 80-90 ਦਹਾਕੇ 'ਚ ਅੰਤਕਵਾਦੀ ਕਹਿ ਕੇ ਮਾਰਿਆ ਗਿਆ ਹੁਣ ਨਸ਼ੇੜੀ ਮੈਂ ਮੱਧ ਪ੍ਰਦੇਸ਼ ਜਾਂਦਾ ਮੇਰੀ ਜ਼ਮੀਨ ਹੈ ਮੇਰਾ ਪਰਿਵਾਰ ਰਹਿੰਦਾ ਸਾਨੂੰ ਜਦੋਂ ਉੱਥੇ ਲੋਕ ਪੁੱਛਦੇ ਭਾਈ ਸਾਹਿਬ ਪੰਜਾਬ ਸਭ ਨਸ਼ੇੜੀ ਹੈ ਸਾਨੂੰ ਬੜੀ ਸ਼ਰਮ ਆਉਂਦੀ ਸਾਂਝਾ ਕਰਨਾ ਚਾਹੁੰਦਾ 97 ਦਾ ਕੇਪੀ ਜੀ ਦੇਖੋ 97 'ਚ ਮੈਂ ਸਪੋਰਟਸ ਕੋਟੇ 'ਚ ਲੁਧਿਆਣੇ ਭਰਤੀ ਹੋਇਆ ਇੱਕ ਤਰਨ ਤਾਰਨ ਏਰੀਆ ਜਿੱਥੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਵਾਲੀਬਾਲ ਦਾ ਇੰਟਰਨੈਸ਼ਨਲ ਪਲੇਅਰ ਮੇਰੇ ਨਾਲ ਗੌਰਮੈਂਟ ਕਾਲਜ ਲੁਧਿਆਣੇ ਭਰਤੀ ਹੋਇਆ BA1 'ਚ 6'2" ਹਾਈਟ ਉਹਨੂੰ ਉਦੋਂ ਵੀ ਇੰਜੈਕਸ਼ਨ ਲਾਉਣ ਦੀ ਆਦਤ ਸੀ BA ਫਾਈਨਲ ਤੱਕ ਉਹਦੀ ਡੈਥ ਹੋ ਗਈ ਇਹ ਬੜੀ ਪੁਰਾਣੀ ਸਮੱਸਿਆ ਹੈ ਇਹ ਇਸ ਤਰ੍ਹਾਂ ਪੰਜਾਬ ਨੂੰ ਬਦਨਾਮ ਨਾ ਕਰੋ ਮੇਰੀ ਬੇਨਤੀ ਹੈ ਅਸੀਂ ਇਸ ਲੜਾਈ ਤੁਹਾਡੇ ਨਾਲ ਹੈ ਇਸ ਤਰ੍ਹਾਂ ਸਾਰੇ ਪੰਜਾਬੀ ਰਾਹੁਲ ਗਾਂਧੀ ਹੋਣਾ ਦਾ ਕੰਮ ਨਹੀਂ ਹੈ ਗੱਲ ਇਹ 70% ਨਹੀਂ ਹੈ ਆਪਣੀ ਮੁੱਦੇ ਨੂੰ ਫਿਰ ਪਟਾ ਰਿਹਾ ਜਾਂਦਾ ਨਾ ਉਹਦੇ ਤੇ 100% ਜਿਹੜੀ ਹੈ ਜਿਹਦਾ ਮਰ ਜਾਂਦਾ ਇਹ ਦੇਖੋ ਇਹ ਅੰਕੜਿਆਂ ਦੇ ਨਾਲ ਜਾਓ ਬਿਲਕੁਲ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਔਰ ਬਹੁਤ ਵੱਡੀ ਸਮੱਸਿਆ ਔਰ ਹੁਣ ਤਾਂ ਇਹ ਹੈ ਵੀ ਜਨਾਨੀਆਂ ਲੇਡੀਜ਼ ਸਭ ਤੋਂ ਮਾੜੀ ਗੱਲ ਇਹ ਆ ਕਿ ਇਸ ਬਿਮਾਰੀ ਤੋਂ ਸਾਡੇ ਪੋਲੀਟੀਕਲ ਸਿਸਟਮ ਨੇ ਕਮਾਈ ਕੀਤੀ ਆਹ ਮਾੜੀ ਗੱਲ ਆ ਔਰ ਅਸੀਂ
गुरु का घोड़ा भी तंबाकू के खेत नहीं बढ़ता सी साडे गुरु का घोड़ा और इन्होंने हालात यह की जिथों ये सिक्ख्या जानी है कि साडी इतिहास की कहिंदा गुरु साहब की कहिंदे आ ओदी इलेक्शनां च भी नशे वंडदे आ यार एदों माड़ा होर की हो सकदा एदों माड़ा की हो सकदा आपां नूं सारयां नूं इकट्ठे हो के सब तों पहलां आपदे गुरुद्वारयां नूं आजाद करवाउणा पऊगा उत्थे धर्मी बंदे उत्थे गुरु की गल करन वाले बंदे उत्थे जाण तां पंजाब बचूगा सरकार जिन्ना मर्जी कर ले नहीं बच सकदी मैं थोड़ा भावुक हो गया माफी चाहुंदा मैं बेनती करनी सी उहनां ढिल्लों साहब ਬੜੀ ਮਾੜੀ ਤੇ ਮੰਦਭਾਗੀ ਗੱਲ ਤੁਸੀਂ ਦੁਬਾਰਾ ਰਿਪੀਟ ਕੀਤੀ ਹੈ ਮੈਂ ਉਹ ਚ ਜਾਣਾ ਨਹੀਂ ਚਾਹੁੰਦਾ ਪਰ ਇਹ ਨਾ ਕਰਦੇ ਨਾ ਰਿਪੀਟ ਨਾ ਕਰਦੇ ਰਿਪੀਟ ਤੁਸੀਂ ਕਾਰਵਾਈਆਂ ਕੀਤੀਆਂ ਹੋਈਆਂ ਨਾ ਕਰਦੇ ਰਿਪੀਟ ਇਹ ਨਾ ਅਸੀਂ ਵੀ ਸਵਾਲ ਕਰਦੇ ਪੰਜਾਬ ਦੇ ਮੱਥੇ ਤੇ ਕਲੰਕ ਗੁਰਵੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਜੀ ਮੇਰੀ ਗੱਲ ਦਾ ਜਵਾਬ ਦੇ ਦਿਓ ਢਿੱਲੋਂ ਸਾਹਿਬ ਨਸ਼ੇ 'ਚ ਇਜਾਫਾ ਹੋਇਆ ਕਿ ਨਹੀਂ ਪੰਜਾਬ 'ਚ ਦੱਸ ਦੇ ਤੁਹਾਡੀ ਸਰਕਾਰ ਹੈ ਨਸ਼ਾ ਜੀ ਵਾਧਾ ਹੋਇਆ ਕਿ ਨਹੀਂ ਪਰਸੈਪਸ਼ਨ ਤੇ ਗੱਲ ਕਰਕੇ ਕਿੰਨੀ ਮਰਜ਼ੀ ਕਰ ਦਿੱਤਾ ਹੋਇਆ ਕਿ ਨਹੀਂ ਤੁਸੀਂ ਆਂਕੜਾ ਤੇ ਗੱਲ ਕਰ ਚਲੋ ਇੱਕ ਮਿੰਟ ਰੋਜੋ ਸੁਖਵੀਰ ਬਾਜਵਾ ਸਰਕਾਰ ਇਨੀਸ਼ੀਏਟਿਵ ਲੈ ਸੀ ਤੁਸੀਂ ਲੈ ਨਹੀਂ ਆਗੇ ਇਹ ਸਰਕਾਰ ਨੇ ਇਨੀਸ਼ੀਏਟਿਵ ਲਿਆ ਸਟੈਪ ਚੱਕੇ ਤਾਂ ਹੈ ਨਾ ਵਿਚਾਰ ਵੀ ਕੀਤਾ ਮਾਝੇ ਦੇ ਵਿੱਚ ਮੈਂ ਲੀਡਰ ਨਾਲ ਲੈਣਾ ਚਾਹੁੰਦਾ ਮਾਝੇ ਦੇ ਵਿੱਚ ਵੀਰ ਜੀ ਪਿਛਲੇ ਸਰਕਾਰਾਂ ਵਿੱਚ ਲੋਕਾਂ ਨੇ ਚੰਗਾ ਉਹਦੇ 'ਚ ਜਿਹਨਾਂ ਪਤਾ ਸੀ ਵੀ ਉਹਨਾਂ ਸ਼ਾਇਦ ਕੰਮ ਚੱਲਦਾ ਉਹ ਜਿਹੜਾ ਹਲਕਾ ਵਾਈ ਸਿਸਟਮ ਸੀਗਾ ਉਹ ਤੁਹਾਨੂੰ ਬੜਾ ਮਹਿੰਗਾ ਪਿਆ ਉਹ ਇਹਨਾਂ ਚੀਜ਼ਾਂ ਨੂੰ ਕਾਫੀ ਉਹਨਾਂ ਨੇ ਨੁਕਸਾਨ ਕੀਤਾ ਅੱਜ ਦੇਖੋ ਇਨੀਸ਼ੀਏਟਿਵ ਡਾਇਵਰਟ ਕਰਨਾ ਚਾਹੁੰਦੇ ਨਹੀਂ ਦੇਖੋ ਇਹ ਗੱਲ ਹੈ ਸਰਕਾਰ ਨੇ ਐਸਟੀਏ ਬਣਾਈ ਰਿਕਵਰੀਆਂ ਕੀਤੀਆਂ ਫੋਰਸ ਬਣਾ ਕੇ ਵਿੰਗ ਕੀਤਾ ਨੋਟੀਫਿਕੇਸ਼ਨ ਕੀਤੀ ਬੜਾ ਕੀਤਾ ਹੈ ਲੇਕਿਨ ਜਿਹੜੀ ਹੈ ਇਹ ਪਿੱਛੇ ਤੁਸੀਂ ਤੋਰਿਆਂ ਦਾ ਕੰਮ ਆ ਕੇ ਅਤੇ ਇਹਨਾਂ ਨੇ ਗਾਂਹ ਤੁਹਾਨੂੰ ਐਕਸਟੈਂਡ ਕਰਕੇ ਕੀਤਾ ਹੁੰਦਾ ਸ਼ਹਿਰ ਬੱਚਾ ਅੱਜ ਨਾ ਨੁਕਸਾਨ ਕਰਦਾ ਕੇ ਮੇਰੇ ਕਹਿਣ ਦਾ ਮਤਲਬ ਅੱਜ ਵੀ ਆਪਾਂ ਨੂੰ ਜਿਹੜਾ ਸਰਕਾਰਾਂ ਦੇ ਇਹ ਨਾ ਚੱਕੋ ਉਹਨੇ ਕੀਤਾ ਇਹਨੇ ਕੀਤਾ ਅੱਜ ਮੌਜੂਦਾ ਹਾਲਾਤ ਮੁਤਾਬਕ ਜਿਹੜਾ ਤੁਸੀਂ ਅੱਜ ਤੋਂ ਹੀ ਤੁਸੀਂ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਆਪਣੇ ਆਂਢ ਗੁਆਂਢ ਤੋਂ ਘੱਟੋ ਘੱਟ ਬਚਾਉਣਾ ਸ਼ੁਰੂ ਕਰੋ ਤੁਸੀਂ ਇਕੱਠੇ ਹੋਵੋ ਠੀਕ ਹੈ ਵਰਿੰਦਰ ਢਿੱਲੋਂ ਮੈਂ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਸਵਾਲ ਇਹ ਸੀਗਾ ਕਿ ਡੋਪ ਟੈਸਟ ਦੇ ਪਰਦੇ ਨਾਲ ਅਸਲੀ ਗੁਨੇਗਾਰ ਤਾਂ ਨਹੀਂ ਬਚਣਗੇ ਬਿਲਕੁਲ ਨਹੀਂ ਬਚਣਗੇ ਦੇਖੋ ਮੈਂ ਤੁਹਾਨੂੰ ਕਹਿੰਦਾ ਇਹ ਵਨ ਆਫ ਦੀ ਸਟੈਪਸ ਆ ਇੱਕ 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 ਸੁਸਾਇਟੀ ਨੂੰ ਇੱਕ ਸਮਾਜ ਨੂੰ ਆਪਣਾ ਜਾਗਰੂਕ ਕਰਨ ਲਈ ਵੀ ਅਸੀਂ ਤਿਆਰ ਹਾਂ ਯਾਰ ਤੁਸੀਂ ਵੀ ਉੱਠੋ ਤੁਸੀਂ ਵੀ ਬਾਹਰ ਨਿਕਲੋ ਨਾ ਕਿ ਆਹ ਜਿਹੜੀ ਸਿਆਸੀਕਰਨ ਜਿਹੜਾ ਤੁਸੀਂ ਕਹਿੰਦੇ ਹੋ ਨਾ ਇਹਦੇ ਅੰਦਰ ਭਾਵੇਂ ਕਾਂਗਰਸ ਕਹਿ ਲਓ ਭਾਵੇਂ ਕੋਈ ਕਹਿ ਲਓ ਇਹ ਸਿਆਸੀਕਰਨ ਕਰਕੇ ਇਹ ਸਿਰਫ ਇਸ ਕਰਕੇ ਇਹ ਮੁੱਦਾ ਚੁੱਕਦੇ ਆ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਅੱਜ ਇਹਨਾਂ ਨੂੰ ਮੁੱਦਾ ਲੱਭਦਾ ਨਹੀਂ ਅਗਰ ਇਹ ਲੜਾਈ ਵਿੱਚ ਸ਼ਾਮਲ ਹੋਣ ਨਾ ਤੇ ਇਹ ਇਸ ਗੱਲ ਨੂੰ ਛੱਡ ਕੇ ਇਹ ਇਸ ਗੱਲ ਦੇ ਉੱਤੇ ਆਣ ਵੀ ਆਓ ਆਪਾਂ ਵੀ ਆਪਣੇ ਪਿੰਡ ਸਾਰਿਆਂ ਨੂੰ ਇਕੱਠੇ ਲੜਾਈ ਲੜਨੀ ਪਊਗੀ ਮੈਂ ਇਸ ਵਾਰ ਅਪੀਲ ਕਰਦਾ ਸਾਰਿਆਂ ਨੂੰ ਇਕੱਠੇ ਲੜਾਈ ਲੜਨੀ ਪਊਗੀ ਸਿਆਸਤ ਛੱਡ ਦੋ ਸਿਆਸਤ ਛੱਡੋ ਨਾ ਤੁਸੀਂ ਆਖਣੀ ਨਹੀਂ ਸਿਆਸਤ ਛੱਡੋ ਖਾਮੀਆਂ ਤੁਹਾਡੇ 'ਚ ਵੀ ਰਹੀਆਂ ਸਾਰਿਆਂ 'ਚ ਰਹੀਆਂ ਸਿਆਸਤ ਛੱਡੋ ਇੱਕ ਮੰਚ ਤੇ ਇਕੱਠੇ ਹੋ ਮੈਂ ਕਹਿੰਦਾ ਸਿਆਸਤ ਤੋਂ ਉੱਪਰ ਉੱਠ ਕੇ ਤੁਰਨ ਤੁਰਨਾ ਇੱਕ ਮੰਚ ਤੇ ਇਕੱਠੇ ਹੋ ਜਿਹੜੀ ਜਵਾਨੀ ਹੈ ਇਹਨੂੰ ਬਚਾਓ ਬਹੁਤ ਧੰਨਵਾਦ ਦੇ ਸਾਹਿਬ ਤੁਹਾਡਾ ਗੁਰਦਾਸ ਸੰਧਵਾ ਤੁਹਾਡਾ ਮਾਲਜੀ ਕੰਨ ਤੁਹਾਡਾ ਬਹੁਤ ਧੰਨਵਾਦ ਬ੍ਰਿੰਦਰ ਢਿੱਲੋਂ ਤੁਹਾਡਾ ਬਹੁਤ ਧੰਨਵਾਦ ਸੁਖਵੀਰ ਬਾਜਵਾ ਤੁਹਾਡਾ ਬਹੁਤ ਧੰਨਵਾਦ ਇਸ ਲੜਾਈ ਲਈ ਇਕੱਠੇ ਹੋਣਾ ਪਵੇਗਾ ਜੇ ਇਕੱਠੇ ਨਹੀਂ ਹੋਵੋਗੇ ਤਾਂ ਫਿਰ ਤੋੜਨ ਵਾਲੇ ਤਾਂ ਤੁਹਾਨੂੰ ਨਸ਼ੇ ਵੰਡਦੇ ਰਹਿਣਗੇ ਬਹੁਤ ਧੰਨਵਾਦ